ਬਹੁਤ ਵਧੀਆ ਤਰੀਕੇ ਨਾਲ. ਸੋ ਵੀ ਓਪਨ ਅਪ ਫਾਰ ਡਿਸਕਸ਼ਨ ਡਾਕਟਰ ਕਾਲਾ ਸਿੰਘ ਜੀ ਪਹਿਲੇ. ਹਾਂਜੀ, ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਜਗਜੀਤ ਸਿੰਘ ਜੀ ਅਤੇ ਨਿਰਮਲ ਸਿੰਘ ਜੀ। ਬਹੁਤ ਸੋਹਣੇ ਢੰਗ ਦੇ ਨਾਲ ਤੁਸੀਂ ਰਿਜਕ ਦੇ ਬਾਰੇ, ਮਨ ਦੇ ਰਿਜਕ ਦੇ ਬਾਰੇ ਦੱਸਿਆ ਵਾ। ਜਦੋਂ ਤੁਸੀਂ ਇਹ ਸਭ ਦੱਸ ਰਹੇ ਸੀਗੇ ਤਾਂ ਮੇਰੇ ਮਨ ਦੇ ਵਿੱਚ ਉਸ ਵੇਲੇ ਇੱਕ ਸਵਾਲ ਆਇਆ, ਇੱਕ ਆਪਣਾ ਗੁਰਬਾਣੀ ਵਿੱਚੋਂ, ਕਿ ਇੱਕ ਤੁੱਕ ਹੁੰਦੀ ਹੈ ਕਿ ਖਾਣਾ ਪੀਣਾ ਪਵਿੱਤਰ ਹੈ, ਦਿੱਤੋਂ ਰਿਜਕ ਸੰਭਾਹੇ। ਇਹਦੇ ਬਾਰੇ ਥੋੜ੍ਹਾ ਜਿੰਨਾ ਹੁਣ ਜਿਹੜੇ ਜਿਸ ਤਰੀਕੇ ਨਾਲ ਤੁਸੀਂ ਸਾਰੇ ਐਕਸਪਲੇਨ ਕੀਤੇ ਰਿਜਕ ਦੇ ਬਾਰੇ, ਇਹਦੇ ਹਾਂਜੀ ਥੋੜ੍ਹਾ ਜਿਹਾ ਜਿਹੜਾ ਚਾਨਣਾ ਪਾਓ ਜਰਾ। ਹਾਂਜੀ ਡਾਕਟਰ ਸਾਹਿਬ, ਤੁਸੀਂ ਸਵਾਲ ਬਹੁਤ ਵਧੀਆ ਹਮੇਸ਼ਾ ਹੀ ਕਰਦੇ ਆ ਗੁਰੂ ਸਾਹਿਬ। ਖਾਣਾ ਪੀਣਾ ਨੇ ਸੱਚ ਖਾਣਾ ਸੱਚ ਪਹਿਨਣਾ, ਉਹ ਪੂਰਾ ਸ਼ਬਦ ਮੈਨੂੰ ਹੁਣ ਜਵਾਨੀ ਨਹੀਂ ਆ ਰਿਹਾ, ਸ਼ਾਇਦ ਕੋਈ ਨਾ ਕੋਈ ਆਪਣੇ ਮੈਂ ਕੰਪਿਊਟਰ ਤੇ ਦੇਖ ਤੁਸੀਂ ਸਕਦੇ। ਕਹੋ ਤਾਂ ਸੱਚ ਮੈਂ ਖਾਣਾ ਸੱਚ ਪਹਿਨਣਾ ਹੈ ਜੀ, ਬਾਕੀ ਜਿੱਥੇ ਦੂਜੇ ਖਾਣ ਪੀਣ ਦੀ ਪੌਸ਼ਟਿਕ ਭੋਜਨ ਦੀ ਤਾਂ ਮੈਂ ਪਹਿਲਾਂ ਵਿਚਾਰ ਕੀਤੀ ਹੈ, ਗਲਤ ਮਲਤ ਖਾਣ ਦੇ ਨਾਲ ਸਿਹਤ ਖਰਾਬ ਹੁੰਦੀ, ਜਿਸ ਵਿੱਚ ਪ੍ਰਮਾਤਮਾ ਵੱਸਦਾ ਉਸ ਸਿਹਤ ਦਾ ਉਸ ਸਰੀਰ ਦਾ ਖਿਆਲ ਰੱਖਣ ਵਾਸਤੇ ਵੀ ਇੱਕ ਦੋ ਪ੍ਰਕਰਣ ਸਾਂਝੇ ਕੀਤੇ ਗਏ ਆ। ਸੋ ਸੱਚ ਖਾਣਾ ਸੱਚ ਪਹਿਨਣਾ ਉਹ ਵੀ ਮਨ ਦੇ ਤਲ ਤੇ ਆ। ਟੇਕ ਨਾਨਕ ਸੱਚ ਕੀਤ, ਹਾਂਜੀ ਬੋਲਿਓ ਵੀਰ ਜੀ। ਸੱਚ ਖਾਣਾ ਸੱਚ ਪਹਿਨਣਾ, ਟੇਕ ਨਾਨਕ ਸੱਚ ਕੀਤ। ਬਸ ਸੋ ਆਪਣੇ ਸਰੀਰ ਲਈ ਪੌਸ਼ਟਿਕ ਭੋਜਨ ਦੀ ਢੂੰਡ ਭਾਲ ਕਰਦੇ ਹਾਂ, ਅੱਜ ਕੱਲ੍ਹ ਨੈਚੁਰਲ ਫੂਡ ਖਾਣ ਦਾ ਬੜਾ ਰਿਵਾਜ਼ ਚੱਲ ਰਿਹਾ, ਚੰਗੀ ਗੱਲ ਵਾ। ਤੇ ਜਿਹੜਾ ਮਨ ਦੇ ਵਿਕਾਰ ਹੈਗੇ ਆ ਉਹ ਮਾੜਾ ਭੋਜਨ ਵਾ, ਤੇ ਗੁਰੂ ਦਾ ਗਿਆਨ ਸੱਚ ਦਾ ਭੋਜਨ ਵਾ। ਸੱਚ ਖਾਣਾ ਸੱਚ ਪਹਿਨਣਾ ਇੱਕ ਆਪਣੇ ਆਪ ਦੇ ਵਿੱਚ ਹੀ ਇੱਕ ਟੌਪਿਕ ਹੈ ਜੀ। ਤੇ ਤੁਸੀਂ ਡਾਕਟਰ ਸਾਹਿਬ ਬਹੁਤ ਭਲੀ ਭਾਂਤ ਜਾਣਦੇ ਆ, ਖਾਣਾ ਪੀਣਾ ਪਵਿੱਤਰ ਹੈ, ਪਵਿੱਤਰ ਉਹੀ ਆ ਜਿਹੜਾ ਕਿ ਤੁਹਾਡੀ ਸਿਹਤ ਨੂੰ ਜਾਂ ਮਨ ਨੂੰ ਕੋਈ ਨੁਕਸਾਨ ਨਾ ਦੇਵੇ, ਜਿੰਨਾ ਕਿ ਮੈਨੂੰ ਸਮਝ ਆਈ ਆ। ਉਹ ਸਾਰੇ ਵਿਚਾਰਵਾਨ ਮੇਰੇ ਤੋਂ ਸਭ ਸਿਆਣੇ ਬੈਠੇ ਆ, ਤੇ ਉਹ ਕੋਈ ਨਾ ਕੋਈ ਜ਼ਰੂਰ ਇਸ 'ਤੇ ਆਪਣਾ ਵਿਚਾਰ ਦੇਣਗੇ ਜੀ। ਨਿਮਰ ਸਿੰਘ, ਜਦੋਂ ਮੈਂ ਇਸ ਤੁੱਕ ਨੂੰ ਦੇਖਦਾ ਹਾਂ, ਜਿਹੜਾ ਸ਼ਬਦ ਹੁੰਦਾ ਕਿ ਸਭੋ ਸੁਤਕ ਭਰਮ ਹੈ ਦੂਜੇ ਲੱਗੇ ਜਾਏ, ਜੰਮਣ ਮਰਨਾ ਹੁਕਮ ਹੈ ਭਾਣੇ ਆਵੇ ਜਾਏ, ਖਾਣਾ ਪੀਣਾ ਪਵਿੱਤਰ ਹੈ ਦਿੱਤੋਂ ਰਿਜਕ ਸੰਭਾਹੇ, ਨਾਨਕ ਜਿਨੀ ਗੁਰਮੁਖ ਬੂਝਿਆ ਤਿਨਾ ਸੁਤਕ ਨਾ ਹੈ। ਜਦੋਂ ਮੈਂ ਖਾਣਾ ਪੀਣਾ ਪਵਿੱਤਰ ਹੈ ਨੂੰ ਦੇਖਦਾ ਵਾਂ ਇਸ ਤੁੱਕ ਨੂੰ, ਜਿਹੜਾ ਇਹਦਾ ਦਿੱਤੋਂ ਨੂੰ ਇਹ ਥੱਲੇ ਔਂਕਣ ਆਉਂਦੀ ਆ, ਰਿਜਕ ਦੇ ਥੱਲੇ ਵੀ ਆਉਂਦੀ ਆ, ਤੇ ਇਹ ਜਿਹਦੇ ਇਸਨੂੰ ਦੇਖਦੇ ਹੋਏ ਕੁਛ ਹੋਰ ਵੀ ਤੁਸੀਂ ਧਿਆਨ ਦੇ ਸਕਦੇ ਹੋ ਇਹਦੇ ਬਾਰੇ, ਕਿ ਸ਼ਾਇਦ ਹਾਂਜੀ ਇਹ ਦੇਖੋ ਕੁਛ ਜੀ, ਹੋਰ ਵੀ ਖਾਣ ਪੀਣ ਦੀ ਗੱਲ ਹੋ ਰਹੀ ਹੈ ਕਿ ਸਿਰਫ ਜਿਹੜਾ ਅਸੀਂ ਸਰੀਰ ਦੇ ਖਾਣ ਪੀਣ ਦੇ ਬਾਰੇ ਗੱਲ ਹੋ ਰਹੀ ਹੈ। ਰਿਜਕ ਜਿਹੜਾ ਨਾ ਜੀ, ਦੇਖੋ ਜਿਸ ਵੇਲੇ ਗੁਰੂ ਨਾਨਕ ਪਾਤਸ਼ਾਹ ਪ੍ਰਗਟ ਹੋਏ ਆ, ਗਿਆਨ ਦੇਣਾ ਸ਼ੁਰੂ ਕੀਤਾ, ਉਸ ਤਰ੍ਹਾਂ ਦੇ ਮਾਸ ਖਾਣ ਦੇ ਵੀ ਵਹਿਮ ਭਰਮ, ਅਪਾਖਿਆ ਕਾ ਪੁੱਠਾ ਬੱਕਰਾ ਖਾਣਾ, ਇੱਕ ਸ਼ਬਦ ਹੋਰ ਆਉਂਦਾ ਪੱਖ ਪੱਖ ਲੋਭ ਲਾਲਚ ਵਾਲਾ ਬੰਦਾ ਪੱਖ ਪੱਖ ਸਭ ਖਾਏ, ਉਹ ਸਿਰਫ ਖਾਣ ਦੀ ਗੱਲ ਨਹੀਂ ਹੈਗਾ, ਪੱਖ 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 ਦਾ ਮਤਲਬ ਜੋ ਉਹਦੇ ਮਨ ਦੇ ਵਿੱਚ ਆਉਂਦਾ ਉਹੀ ਕਰੀ ਜਾਂਦਾ, ਉਹੀ ਖਾਈ ਜਾਂਦਾ। ਸੋ ਉਹ ਸੂਤਕ ਵਾਲੀ ਗੱਲ ਜਿਹੜੀ ਗੁਰੂ ਸਾਹਿਬ ਦੇ ਸਮੇਂ ਤੇ ਚੱਲ ਰਹੀ ਸੀ, ਜੇ ਕੋਈ ਬੱਚਾ ਜੰਮਦਾ ਉਹਦੇ ਘਰ ਸੂਤਕ ਹੋ ਜਾਏ, ਉਸ ਚੀਜ਼ ਨੂੰ ਗੁਰੂ ਸਾਹਿਬ ਨੇ ਸਮਝਾਉਣਾ ਕੀਤਾ ਵੀ ਇਹਨਾਂ ਵਹਿਮਾਂ ਭਰਮਾਂ ਦੇ ਵਿੱਚੋਂ ਨਿਕਲੋ ਤੇ ਆਪਣਾ ਜੀਵਨ ਬਰਬਾਦ ਨਾ ਕਰੋ, ਇਹ ਕੁਦਰਤ ਦੇ ਨਿਯਮ ਦੇ ਵਿੱਚ ਬੱਚੇ ਪੈਦਾ ਹੁੰਦੇ ਆ, ਤੇ ਤੁਸੀਂ ਇਹਨਾਂ ਤੋਂ ਤੁਸੀਂ ਲੋਕਾਂ ਨੂੰ
ਨਿੰਦਦੇ ਹਾਂ, ਪ੍ਰਭੂ ਦੇ ਪਰਮਾਤਮਾ ਦੇ ਨਿਯਮ ਦੀ ਬਦਖੋਈ ਕਰਦੇ ਹਾਂ, ਉਸ ਪ੍ਰਕਰਨ ਦੇ ਵਿੱਚ ਆਉਂਦਾ ਜੋ ਮੈਨੂੰ ਸਮਝ ਆਈ ਹੈਗੀ ਆ। ਬਾਕੀ ਹੋਰ ਆਪਾਂ ਸੁਣਦੇ ਵਿਚਾਰ ਜੀ। ਜੇ ਕੋਈ ਹੋਰ ਵੀ ਇਸ ਚੀਜ਼ ਦੇ ਬਾਰੇ ਜਰਾ ਕੋਈ ਚਾਨਣਾ ਪਾ ਸਕੇ, ਕਿਉਂਕਿ ਜਦੋਂ ਦੇਖੀਏ ਵੀ ਖਾਣਾ, ਜੇ ਅਸੀਂ ਆਪਣੇ ਸਰੀਰ ਦੇ ਬਾਰੇ ਵੀ ਗੱਲ ਕਰੀਏ ਤਾਂ ਖਾਣਾ ਪੀਣਾ, ਜਦੋਂ ਪੀਣ ਦੀ ਗੱਲ ਕਰਦੇ ਹਾਂ ਤਾਂ ਪੀਣ ਵਾਲੇ ਇਹ ਕਹਿੰਦੇ ਨੇ ਕਿ ਇੱਥੇ ਜੋ ਮਰਜ਼ੀ ਪੀਓ। ਬਾਬੇ ਨਾਨਕ ਨੇ ਕਿਹਾ ਕਿ ਖਾਣਾ ਪੀਣਾ ਪਵਿੱਤਰ ਹੈ, ਜੋ ਮਰਜ਼ੀ ਪੀਓ, ਅਤੇ ਪੀਣ ਦੇ ਬਾਰੇ ਕੋਈ ਮਨਾਹੀ ਨਹੀਂ ਕੀਤੀ ਗਈ, ਬਾਬੇ ਨੇ ਨਾਨਕ ਨੇ ਕਿਹਾ ਵਾ। ਅਤੇ ਜੇ ਡਾਕਟਰ ਇਸੇ ਸਾਹਿਬ, ਬਾਰੇ, ਇਸ ਹਾਂਜੀ ਚੀਜ਼ ਦੇ ਬਾਰੇ ਡਾਕਟਰ ਕੋਈ ਅਗਰ ਹੋਰ ਇਹਨੂੰ ਜਰਾ ਜੇ ਹੋਰ। ਡਾਕਟਰ ਸਾਹਿਬ ਪੀਣ ਵਾਲੀ ਤੁਸੀਂ ਸ਼ਰਾਬ ਦੀ ਸਿੱਧੀ ਗੱਲ ਕਰੋ ਤਾਂ ਫਿਰ ਮੈਂ ਪੀਂਦਾ ਨਹੀਂ, ਇਸ ਕਰਕੇ ਮੈਂ ਇਹਦੇ ਬਾਰੇ ਕੁਛ ਦੱਸ ਨਹੀਂ ਸਕਾਂਗਾ ਵੀ ਇਹਦੇ ਨਾਲ ਕੀ ਖੁਸ਼ੀ ਮਿਲਦੀ। ਇੱਕ ਹੁੰਦੀ ਜੀ ਹੈਪੀਨੈਸ, ਇੱਕ ਹੁੰਦੀ ਕੰਟੈਂਟਮੈਂਟ। ਹੈਪੀਨੈਸ ਜਿਹੜੀ ਹੁੰਦੀ ਆ, ਚਲੋ ਜੀ ਥੱਕੇ ਹੋ ਆ ਤੇ ਮਾੜਾ ਜਿਹਾ ਮੂਡ ਠੀਕ ਕਰ ਲਈਏ। ਹੈਪੀਨੈਸ ਇੱਕ ਤਾਂ ਮੈਂ ਇੱਕ ਇੰਗਲਿਸ਼ ਦੇ ਵਿੱਚ ਇੱਕ ਲਾਈਨ ਸਾਂਝੀ ਕੀਤੀ ਸੀ ਕਿਸੇ ਇਕੱਠ ਦੇ ਵਿੱਚ, ਹੈਪੀਨੈਸ ਐਂਡ ਕੰਟਾਈਨਮੈਂਟ ਜਿਹੜੀ ਆ ਦੋ ਚੀਜ਼ਾਂ ਡਿਫਰੈਂਟ ਹੈਗੀਆਂ। ਹੈਪੀਨੈਸ ਇਜ਼ ਟਿਪੀਕਲੀ ਕਰੈਕਟਰਾਈਜ਼ਡ ਬਾਈ ਏ ਮੋਰ ਇੰਟੈਂਸ ਐਂਡ ਫਲੀਟਿੰਗ ਇਮੋਸ਼ਨ, ਕੰਟੈਂਟਮੈਂਟ ਇਜ਼ ਲੋਂਗਰ ਲਾਸਟਿੰਗ ਸਟੇਬਲ ਸੈਂਸ ਆਫ ਪੀਸ ਐਂਡ ਸੈਟਿਸਫੈਕਸ਼ਨ। ਓਕੇ ਜੀ, ਥੈਂਕ ਯੂ ਵੈਰੀ ਮੱਚ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ। ਠੀਕ ਹੈ ਜੀ। ਕਰਨਲ ਜਗਦੀਸ਼ ਸਿੰਘ ਜੀ ਪਲੀਜ਼। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਰਦਾਰ ਨਿਰਮਲ ਸਿੰਘ ਜੀ ਨੇ ਬਹੁਤ ਵਿਸਥਾਰ ਵਿੱਚ ਸਾਨੂੰ ਔਰ ਬੜੇ ਟਾਈਮ ਵਿੱਚ ਰਹਿੰਦਿਆਂ ਹੋਇਆਂ ਪੂਰੇ 1 ਘੰਟੇ ਵਿੱਚ ਸਾਨੂੰ ਬਹੁਤ ਬਹੁਤ ਸਿਮਲੀਜ਼ ਦੇ ਕੇ ਜਾਂ ਗਿਆਨਵਾਨ ਸ਼ਬਦ ਜੋੜ ਕੇ, ਸ਼ਬਦ ਦੇ ਨਾਲ ਜੋੜ ਕੇ ਐਕਸਪਲੇਨ ਕੀਤਾ ਆ। ਔਰ ਇੱਥੋਂ ਮੇਰਾ ਹੁਣ ਤੱਕ ਅਨੁਭਵ ਜਿਹੜਾ ਹੈਗਾ ਗੁਰਬਾਣੀ ਦਾ, ਕਿ ਗੁਰਬਾਣੀ ਤੁਹਾਡੇ ਮਨ ਵਾਸਤੇ, ਇੰਡੀਵਿਜੁਅਲ ਵਾਸਤੇ, ਚੰਗਾ ਜੀਵਨ ਬਤੀਤ ਕਰਨ ਵਾਸਤੇ ਫਲਸਫਾ ਆ ਜਾਂ ਗੁਰ ਆ, ਉਹਦੇ ਵਿੱਚ ਜੋ ਵੀ ਨੌਲੇਜ ਆ ਉਹ ਇੱਕ ਗੁਰ ਆ ਜਿਹਦੇ ਨਾਲ, ਜਿਹਨੂੰ ਵਰਤ ਕੇ ਤੁਸੀਂ ਆਪਣਾ ਜੀਵਨ ਸੌਖਾ ਸ਼ਾਂਤਮਈ ਬਣਾ ਸਕਦੇ ਹਾਂ। ਔਰ ਸ਼ਾਂਤਮਈ ਮਨ ਨੇ ਹੀ ਬਣਾਉਣਾ ਹੈ। ਔਰ ਜੇ ਅਸੀਂ ਕਹਿੰਦੇ ਹਾਂ ਕਿ ਰੱਬ ਅੰਦਰ ਹੈ, ਉਹੀ ਰੱਬ ਦੀ ਗੱਲ ਹੋ ਰਹੀ ਹੈ, ਉਸੇ ਬਾਰੇ ਵਿੱਚ ਸਾਰੀ ਗੁਰਬਾਣੀ ਦੇ ਵਿੱਚੋਂ ਸਾਨੂੰ ਮੈਸੇਜ ਮਿਲਦਾ ਹੈ। ਸੋ ਜਦੋਂ ਰਿਜਕ ਦੀ ਜਾਂ ਦੁਨਿਆਵੀ ਚੀਜ਼ਾਂ ਦੀ, ਜਾਂ ਜਿੱਦਾਂ ਡਾਕਟਰ ਕਾਲਾ ਸਿੰਘ ਜੀ ਨੇ ਇਸ਼ੂ ਸ਼ਬਦ ਕੋਟ ਕੀਤਾ ਹੈ, ਜਾਂ ਭੁਲੇਖਾ ਪਾਉਣ ਵਾਲੀ ਗੱਲ ਕੀਤੀ ਹੈ, ਕਈਆਂ ਨੂੰ ਭੁਲੇਖਾ ਪੈਂਦਾ, ਸਾਨੂੰ ਤੇ ਮੇਰਾ ਖਿਆਲ ਤੁਹਾਨੂੰ ਡਾਕਟਰ ਸਾਹਿਬ ਨੂੰ ਨਹੀਂ ਭੁਲੇਖਾ ਹੈਗਾ ਕਿ ਪੀਣਾ ਜਿਹੜਾ ਉਹ ਕਿਹੜੇ ਕਿਹੜੇ ਪਾਸੇ ਇੰਡੀਕੇਸ਼ਨ ਹੈ ਜਾਂ ਕਾਹਦੀ ਸਿਮਲੀ ਆ। ਬੇਸਿਕਲੀ ਜੇ ਮੈਂ ਇਸ ਸ਼ਬਦ ਨੂੰ ਹੀ ਇਹਨਾਂ ਦਾ ਲਵਾਂ, ਜਾਂ ਇਸੇ ਗੱਲ ਨੂੰ ਜੋ ਮੈਂ ਪਹਿਲਾਂ ਕੀਤੀ ਆ ਕਿ ਗੱਲ ਤੇ ਸਾਰੀ ਮਨ ਦੀ ਹੋ ਰਹੀ ਆ, ਹਾਂ ਸਿਮਲੀਜ਼ ਜ਼ਰੂਰ ਨੇ ਹਰ ਸ਼ਬਦ ਵਿੱਚ, ਹਰ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਐਗਜ਼ਾਮਪਲਾਂ ਦੇ ਦੇ ਕੇ, ਸਿਮਲੀਜ਼ ਦੇ ਦੇ ਕੇ ਡਿਨੋਟ ਕਰਕੇ ਕਿ ਹਾਂ ਇੱਦਾਂ ਇੱਦਾਂ ਦੁਨਿਆਵੀ, ਉੱਥੋਂ ਦੀ ਭਾਸ਼ਾ, ਉੱਥੋਂ ਦੀ ਕਲਚਰ, ਜਿੱਥੇ ਇਹ ਬਾਣੀ ਲਿਖੀ ਗਈ, ਜਿੱਥੇ ਗੁਰੂ ਸਾਹਿਬ ਨੇ ਜਿਹਨਾਂ ਨੂੰ ਮੈਸੇਜ ਦਿੱਤਾ, ਉਹਨਾਂ ਦੀ ਭਾਸ਼ਾ ਵਿੱਚ, ਉਹਨਾਂ ਦੇ ਕਲਚਰਲ ਕਲਚਰ ਦੇ ਵਿੱਚ ਜੋ ਹੋ ਰਿਹਾ ਸੀ ਉਹਨੂੰ ਨਾਲ ਲੈ ਕੇ ਉਹਨਾਂ ਨੇ ਸਾਰੀ ਬਾਣੀ, ਲੱਗਦਾ ਹੈ ਕਿ ਉਹ ਇੱਦਾਂ ਸਮਝ ਆਉਂਦੀ ਸੀ।
ਜਿਹੜੇ ਉਸ ਵੇਲੇ ਦੇ ਸਿੱਖ ਸਨ ਉਹਨਾਂ ਨੂੰ ਤੇ ਪੂਰੀ ਸਮਝ ਸੀ ਜਿੱਥੇ ਉਹ ਗੱਲ ਕਰਦੇ ਸੀ, ਚਾਹੇ ਉਹ ਪੰਜਾਬ ਵਿੱਚ ਸੀ ਬਾਹਰ ਜਿੱਥੇ ਜਿੱਥੇ ਗਏ ਲੋਕ ਜੁੜ ਰਹੇ ਸਨ। ਲੇਕਿਨ ਜਦੋਂ ਇਹ ਭੁਲੇਖਾ ਪਾਉਣ ਲੱਗੇ, ਜਿੱਦਾਂ ਇਹੀ ਸ਼ਬਦ ਆ ਕਿ ਖਾਣਾ ਪੀਣਾ ਪੀਣਾ ਤੇ ਤੁਹਾਨੂੰ ਜੋ ਮਰਜ਼ੀ ਪੀ ਜਾਓ, ਇੱਦਾਂ ਦਾ ਭੁਲੇਖੇ ਜਿਹੜੇ ਆ ਇਹ ਨਿਰਮਲਿਆਂ ਕਮਲਿਆਂ ਤੋਂ ਬਾਅਦ ਜਦੋਂ ਹੋਇਆ ਆ ਸਾਡਾ ਗੁਰੂ ਘਰ ਵਿੱਚ ਸੰਨ ਲੱਗੀ ਆ। ਮੈਂ ਕਈ ਵਾਰੀ ਇਹ ਗੱਲ ਸੁਣੀ ਆ ਜਾਂ ਲੱਗਦਾ ਆ, ਮੈਂ ਪੰਜਾਬ ਦਾ ਰਹਿਣ ਵਾਲਾ ਪੰਜਾਬੀ ਹਾਂ, ਅਸੀਂ ਸੰਨ ਦਾ ਮਤਲਬ ਘਰ ਵਿੱਚ ਹੀ ਤੁਹਾਡੇ ਪਾੜ ਪਾ ਦਿੱਤਾ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਆਪਣੇ ਪਰਸਨਲ ਆਪਣੇ ਪਰਿਵਾਰ ਵਿੱਚ ਹੀ ਪੁੱਤਾਂ ਨੂੰ ਉਹਨਾਂ ਤੋਂ ਦੂਰ ਕਰ ਦਿੱਤਾ। ਹਾਂਜੀ, ਸੋ ਉੱਥੋਂ ਜੋੜੀ ਉਹਨਾਂ ਦੀ ਲਹਿਰ ਚੱਲੀ ਜਿਹਨਾਂ ਨੂੰ ਅਸੀਂ ਜੋ ਵੀ ਉਹਨਾਂ ਨੂੰ ਕਹਿੰਦੇ ਹਾਂ ਸਾਧਾਂ ਵਾਲੀ ਜਾਂ ਜੜਾਂ ਜਟਾਂ ਬਣਾ ਕੇ ਹੁਣ ਵੀ ਸ਼ਿਵ ਜੀ ਦੀਆਂ ਉਹ ਬਾਬੇ ਸ਼੍ਰੀ ਚੰਦ ਦੀਆਂ ਸੋਰੀ ਉਹ ਕਰਦੇ ਹਾਂ ਉੱਥੇ ਸਾਰਾ ਕੁਛ। ਸੋ ਉਹ ਫਲਸਫਾ ਜਿਹੜਾ ਅਜੇ ਵੀ ਨਾਲ ਨਾਲ ਸਾਡੀ ਸਾਈਕੀ ਦੇ ਵਿੱਚ ਹੈ। ਅਸੀਂ ਜਦੋਂ ਕੋਈ ਸ਼ਬਦ ਲੈਂਦੇ ਹਾਂ ਮਨ ਤੇ ਟਿਕਾਉਣ ਦੀ ਬਜਾਏ, ਅੰਦਰ ਘੋਖਣ ਦੀ ਬਜਾਏ, ਅੰਦਰ ਵਾਲੇ ਬਾਬੇ ਨੂੰ, ਅੰਦਰ ਵਾਲੇ ਰੱਬ ਨੂੰ, ਗੁਣਾਂ ਨੂੰ ਉਜਾਗਰ ਕਰਨ ਦੀ ਬਜਾਏ ਅਸੀਂ ਇੱਦਾਂ ਦੇ ਸੈਂਟੈਂਸ ਲੈ ਲੈਂਦੇ ਹਾਂ, ਇੱਦਾਂ ਦੇ ਸ਼ਬਦ ਲੈ ਲੈਂਦੇ ਹਾਂ ਕਿ ਉਹ ਬਾਣੀ ਤੋਂ ਉਲਟ ਜਾਣ ਵਾਸਤੇ, ਲੋਕਾਂ ਨੂੰ ਭੁਲੇਖਾ ਪਾਉਣ ਵਾਸਤੇ ਕਾਫੀ ਹੋ ਜਾਂਦਾ। ਅਸੀਂ ਵੀ ਇਹੀ ਕਰਦੇ ਰਹੇ ਹਾਂ, ਸਮਝਦੇ ਰਹੇ ਹਾਂ। ਅਭੀ ਮੈਂ ਕਈ ਵਾਰੀ ਪਹਿਲਾਂ ਵੀ ਜ਼ਿਕਰ ਕੀਤਾ ਕਿ ਸਾਡੇ ਮਾਤਾ ਜੀ, ਸਾਡੀ ਦਾਦੀ ਜੀ ਸ਼ਰਾਧ ਕਰਦੇ ਸਨ, ਅਸੀਂ ਪੰਡਿਤ ਜੀ ਨੂੰ ਬੁਲਾ ਕੇ ਲਿਆਉਂਦੇ ਸਨ, ਉਦਣ ਫਿਰ ਸਾਰਿਆਂ ਦੀ ਫੀਸਟ ਹੁੰਦੀ ਸੀ, ਸਾਰਿਆਂ ਦਾ ਖੀਰਾਂ ਪੂੜੇ ਮਾਲ ਪੂੜੇ ਬਣਦੇ ਸਨ। ਸੋ ਆਲ ਦੈਟ ਵਾਜ਼ ਹੈਪਨਿੰਗ, ਵੀ ਹੈਵ ਸੀਨ ਇਟ, ਆਈ ਹੈਵ ਸੀਨ ਇਟ। ਲੇਕਿਨ ਜਦੋਂ ਇਹ ਅਸੀਂ ਹੁਣ ਸਮਝਣ ਲੱਗੇ ਹਾਂ ਤੇ ਗੁਰਬਾਣੀ ਤੇ ਤੁਹਾਡੇ ਮਨ ਨੂੰ ਚੰਗਾ ਮਨੁੱਖ ਬੰਦਿਆ ਬੰਦਾ ਬਣ, ਬੰਦਾ ਬਣ ਕੇ ਪਿਆਰ ਨਾਲ ਰਹਿ, ਅੰਦਰੋਂ ਸ਼ਾਂਤੀ ਨਾਲ ਰਹਿ, ਉਹਨੂੰ ਅਸੀਂ ਸਹਿਜ ਅਵਸਥਾ ਦਾ ਨਾਂ ਦੇ ਲੈਂਦੇ ਹਾਂ ਜਾਂ ਉਦਾਂ ਪੌੜੀ ਪੌੜੀ ਦਰ ਪੌੜੀ ਜਦੋਂ ਸਮਝਣ ਲੱਗਦੇ ਹਾਂ ਜਪਜੀ ਸਾਹਿਬ ਨੂੰ ਤੇ ਇੱਕ ਅੱਛਾ ਮਨੁੱਖ ਬਣਨ ਵਾਸਤੇ, ਜਿੱਦਾਂ ਨਿਰਮਲ ਸਿੰਘ ਨੇ ਸ਼ੁਰੂਆਤ ਵਿੱਚ ਇਹ ਪਹਿਲੀ ਪੌੜੀ ਜ਼ਿਕਰ ਕੀਤਾ ਕਿਵ ਸਚਿਆਰਾ ਹੋਵੀਐ ਕਿਵ ਕੂੜੈ ਟੁੱਟੈ ਪਾਲ, ਤੇ ਕੂੜ ਦੀ ਕੰਧ ਤੋੜਨ ਵਾਸਤੇ ਹੀ ਸਾਰੀ ਬਾਣੀ ਜਾਂ ਮਨ ਨੂੰ ਸਮਝਾਉਣ ਵਾਸਤੇ ਹੀ ਸਾਰੀ ਬਾਣੀ ਹੈ। ਔਰ ਜਿਹੜਾ ਪੀਣਾ ਖਾਣਾ, ਨਿਰਮਲ ਸਿੰਘ ਦੇ ਕਹਿੰਦੇ ਕਿ ਮੈਂ ਤੇ ਪੀਂਦਾ ਨਹੀਂ, ਮੈਂ ਤੇ ਹੁਣ ਵੀ ਪੀਂਦਾ ਤੇ ਪੀਂਦਾ ਵੀ ਰਿਹਾ ਸਾਰੀ ਉਮਰ, ਲੇਕਿਨ ਉਹੀ ਨਾਲ ਹੀ ਆ ਜਾਂਦਾ ਜਿੱਤ ਪੀਤਾ ਮਤ ਦੂਰ ਹੋ, ਹੈ ਨਾ। ਜਿਹਦੇ ਨਾਲ ਉਹ ਮਤ ਜਦੋਂ ਇੰਨੀ ਕੁ ਪੀ ਲੈਂਦੇ ਹੋ ਕਿ ਤੁਹਾਨੂੰ ਹੋਸ਼ ਨਹੀਂ ਰਹਿੰਦੀ, ਉਹ ਮਾੜੀ ਹੈ। ਦਵਾਈ ਦੇ ਤੌਰ ਤੇ ਸਾਰਿਆਂ ਵਿੱਚ ਹੀ ਇਹ ਇੰਟੋਕਸੀਕੇਸ਼ਨ ਜਾਂ ਤੁਹਾਡੇ ਵਿੱਚ ਭੀਮ ਫੀਮ ਪਾਈ ਹੋਈ ਆ ਜਿਹੜੀਆਂ ਪੇਨ ਕਿਲਰਸ ਨੇ। ਵਟ ਆਈ ਮੀਨ ਇਜ਼ ਕਿ ਇਹ ਜਦੋਂ ਅਸੀਂ ਦੁਨਿਆਵੀ ਤੌਰ ਤੇ ਰਿਜ਼ਕ ਨੂੰ ਲਵਾਂਗੇ ਤੇ ਫਿਰ ਏਦਾਂ ਦੇ ਭੁਲੇਖੇ ਪੈਂਦੇ ਆ, ਔਰ ਲੋਕੀ ਪਾਉਂਦੇ ਵੀ ਆ, ਜਾਣ ਬੁੱਝ ਕੇ ਵੀ ਪਾਉਂਦੇ ਆ, ਜੋ ਸਾਨੂੰ ਤੇ ਬੜਾ ਸਿੰਪਲ ਜਿੱਦਾਂ ਨਿਰਮਲ ਸਿੰਘ ਨੇ ਸਮਝਾਇਆ ਆ ਕਿ ਮਨ ਨੂੰ, ਮਨ ਨੇ ਹੀ ਸਾਰੀ ਤੁਹਾਡੀ ਮਨ ਰਾਜ ਆ, ਜੇ ਉਹਨੇ ਆਦੇਸ਼ ਦੇਣੇ ਆ, ਉਹਦਾ ਹੁਕਮ ਚੱਲਣਾ ਆ, ਤੇ ਤੁਹਾਨੂੰ ਉਹ ਰੱਬੀ ਗੁਣਾਂ ਨਾਲ ਜੁੜ ਕੇ ਉਦਾਂ ਡਿਸੀਜ਼ਨ ਲੈਣੇ ਆ। ਹੁਣੇ ਸਾਡੇ ਸਰਦਾਰ ਆਪਣਾ ਭੁਪਿੰਦਰ ਸਿੰਘ ਜੀ, ਵੀਰ ਭੁਪਿੰਦਰ ਸਿੰਘ ਜੀ ਦੌਰੇ ਤੇ ਸਨ ਇੱਥੇ, ਉਹਨਾਂ ਨੇ ਕਾਫੀ ਟਾਈਮ ਲਾਇਆ, ਤੁਸੀਂ ਸੁਣਿਆ ਵੀ ਹੋਣਾ, ਮੈਨੂੰ ਵੀ ਉਹਨਾਂ ਦੀ ਸੰਗਤ ਕਰਨ ਦਾ ਮੌਕਾ ਮਿਲਿਆ ਪਰਸਨਲੀ ਵੀ। ਗੱਲ ਤੇ ਸਾਰੀ ਗੁਰਬਾਣੀ ਮਨ ਦੀ ਆ, ਇੱਕ ਬੰਦੇ ਨੂੰ ਚੰਗਾ ਮਨੁੱਖ ਬਣਾਉਣ ਵਾਸਤੇ ਜੀਵਨ ਜਾਂਚ ਦੀ ਆ। ਜੇ ਅਸੀਂ ਇੰਨਾ ਫਲਸਫਾ ਸਮਝਦੇ ਲੈਂਦੇ ਹਾਂ, ਔਰ ਅੱਜ ਸਰਦਾਰ ਨਿਰਮਲ ਸਿੰਘ ਜੀ ਦਾ ਲੈਕਚਰ ਹੀ ਸੀਗਾ ਜਾਂ ਟੌਪਿਕ ਹੀ ਇਹੀ ਸੀਗਾ ਕਿ ਰਿਜ਼ਕ ਬਾਹਰ ਨਹੀਂ ਹੈ, ਠੀਕ ਹੈ ਨਾ, ਰਿਜ਼ਕ ਅੰਦਰ ਹੀ ਆ, ਤੁਸੀਂ ਉਹਨੂੰ ਉਜਾਗਰ ਕਰਨਾ ਹੈ ਜੀ।
ਇੰਨਾ ਹੀ ਮੇਰਾ ਸਾਂਝ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਪਾਲ ਸਿੰਘ ਜੀ ਤੁਸੀਂ ਬੋਲੋ, ਫਿਰ ਮੈਂ ਡਾਕਟਰ ਸਰਬਜੀਤ ਸਿੰਘ ਨੂੰ ਲਾਂਗਾ। ਸਾਰੀ ਟੀਮ ਨੂੰ ਮੇਰੇ ਵੱਲੋਂ ਪਿਆਰ ਭਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮੇਸ਼ੁਰ ਤੋਂ ਭੁੱਲਿਆ ਵਿਆਪਣ ਸਭੇ ਰੋਗ, ਜੇ ਪਰਮੇਸ਼ੁਰ ਨੂੰ ਭੁੱਲ ਜਾਵਾਂਗੇ ਤਾਂ ਸਾਨੂੰ ਰੋਗ ਲੱਗ ਜਾਣਗੇ। ਮੈਂ ਅੱਜ ਦੇ ਬੁਲਾਵੇ ਨਿਰਮਲ ਸਿੰਘ ਭਾਈ ਸਾਹਿਬ ਨੂੰ, ਮੈਂ ਮੇਰੇ ਕੋਲ ਲਫ਼ਜ਼ ਹੈ ਨੀ ਜਿਹਨਾਂ ਦੇ ਨਾਲ ਮੈਂ ਇਹਨਾਂ ਦਾ ਧੰਨਵਾਦ ਕਰ ਸਕਾਂ। ਪਿਆਰੀ ਸਾਧ ਸੰਗਤ ਜੀ, ਮੈਂ ਤਾਂ ਇਹੀ ਕਹਿੰਦਾ ਵੀ ਇੰਨਾ ਮੈਂ ਆਨੰਦ ਦੇ ਵਿੱਚ ਜਦ ਦਾ ਸੁਣਦਾ, ਮੈਂ ਤਾਂ ਇੱਥੇ ਦਾ ਸੱਚਖੰਡ ਦੇ ਵਿੱਚ ਬੈਠਾ। ਪਿਆਰੀ ਸਾਧ ਸੰਗਤ ਜੀ, ਇਹ ਬਾਣੀ ਇਹੋ ਜਿਹੀ ਦਵਾਈ, ਦੇਸੀ ਦਵਾਈ ਆ, ਇਹਦੇ ਨਾਲ ਦੀ ਕੋਈ ਦਵਾਈ ਨਹੀਂ। ਬਾਕੀ ਮੈਨੂੰ ਟਾਈਮ ਦੇਣ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ। ਪਰਮੇਸ਼ੁਰ ਤੁਹਾਨੂੰ ਹਰ ਪਲ ਹਰ ਘੜੀ ਚੜ੍ਹਦੀਆਂ ਕਲਾ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਰਦਾਰ ਗੁਰਚਰਨ ਸਿੰਘ ਜੀ ਪਲੀਜ਼, ਤੁਸੀਂ ਰੇਜ਼ ਕੀਤਾ ਸੀ ਫਿਰ ਐਂਡ ਥੱਲੇ ਆ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਬਹੁਤ ਹੀ ਗੱਲ ਤਾਂ ਮੇਰੇ ਵੀ ਹੁਣ ਕੰਨੋ ਸਾਹਮਣੇ ਕਲੀਅਰ ਕਰ ਦਿੱਤੀ ਹੈ ਵੀ ਬਾਣੀ ਮਨ ਮਾਤੀ ਹੈ, ਤੇ ਉਸ ਬਾਰੇ ਮੈਂ ਬਹੁਤਾ ਨਹੀਂ ਕਹਾਂਗਾ। ਦੂਸਰਾ ਹੈ ਸੱਚ ਖਾਣਾ ਸੱਚ ਪਹਿਨਣਾ। ਦੇਖੋ ਇਹ ਸਾਰੀਆਂ ਚੀਜ਼ਾਂ ਖਾਣਾ ਪੀਣਾ ਜੋ ਹੋਰ ਹੈ, ਇਹ ਸੱਚ ਦੇ ਉੱਪਰ ਟੇਕ ਹੋਵੇ, ਸਦੀਮੀ ਹੋਵੇ। ਹੁਣ ਇਹ ਪੰਕਤੀ ਇਹਦੇ ਨਾਲ ਸ਼ੁਰੂ ਹੋਣ ਦੀਆਂ ਜਿਹੜੀਆਂ ਪੰਜ ਪੰਕਤੀਆਂ ਅਲੱਗ ਅਲੱਗ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਤੇ ਮਿਲਦੀਆਂ ਨੇ। ਸੱਚ ਖਾਣਾ ਸੱਚ ਪਹਿਨਣਾ ਉਹਦਾ ਅੱਗੋਂ ਬੇਸ ਦਿੱਤਾ ਹੈ ਨਾਮ ਦੇ ਨਾਲ ਜਾਂ ਹੋਰ ਰੈਫਰੈਂਸ ਦਿੱਤੇ ਹੋਏ ਹਨ। ਉਸ ਤੋਂ ਬਾਅਦ ਸੱਚ ਦੀ ਗੱਲ ਕਰਦੇ ਹਾਂ ਤਾਂ ਤੁਸੀਂ ਸਾਰੇ ਹੈਰਾਨ ਹੋਵੋਗੇ ਵੀ ਇੱਕ ਸ਼ਬਦ ਬਿਲਕੁਲ ਇਹੀ ਸੱਚ ਖਾਣਾ ਸੱਚ ਪਹਿਨਣਾ 565 ਚ ਆਇਆ ਹੈ। ਹੁਣ ਉਹਦੇ ਵਿੱਚ ਇੱਕੋ ਸ਼ਬਦ ਦੇ ਅੰਦਰ ਓਨਲੀ ਵਨ ਸ਼ਬਦ ਉਹਦੇ ਚ ਮੋਰ ਦੈਨ 30 ਟਾਈਮ 30 ਵਾਰੀ ਤੋਂ ਜ਼ਿਆਦਾ ਸੱਚ ਦੀ ਗੱਲ ਹੋਈ ਹੈ। ਇਹੋ ਜਿਹੇ ਸ਼ਬਦ ਬਹੁਤ ਵਿਰਲੇ ਹਨ ਵੀ ਇੱਕ ਗੱਲ ਨੂੰ ਬੜੀ ਡੂੰਘਾਈ ਦੇ ਨਾਲ ਉਹਦਾ ਕੋਈ ਪੱਖ ਛੱਡਿਆ ਹੀ ਨਹੀਂ। ਸੱਚ ਦਾ ਖਾਣਾ ਪੀਣਾ ਉੱਠਣਾ ਬਹਿਣਾ ਮਰਨਾ ਜੀਉਣਾ ਉਹ ਇੱਕ ਇੱਕ ਕਲੀਅਰ ਕਰ ਦਿੱਤਾ ਸਤਿਗੁਰੂ ਨੇ। ਤਾਂ ਉਹ ਸਾਰਿਆਂ ਨੂੰ ਬੇਨਤੀ ਹੈ 565 ਤੇ ਉਹ ਸ਼ਬਦ ਹੈ, ਅਸ਼ਟਪਦੀਆਂ ਵਿੱਚ ਹੈ, ਇਹ ਸ਼ਬਦ ਜ਼ਰੂਰ ਪੜਿਓ ਤੇ ਇਹਦੀ ਵਿਚਾਰ ਕਰਿਓ। ਯੂ ਵਿਲ ਫਾਈਂਡ ਮੋਰ ਐਂਡ ਮੋਰ ਮੋਰ ਐਂਡ ਮੋਰ। ਧੰਨਵਾਦ ਜੀ, ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ। ਡਾਕਟਰ ਸਰਬਜੀਤ ਸਿੰਘ ਜੀ ਪਲੀਜ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪਹਿਲਾਂ ਸਰਦਾਰ ਨਿਰਮਲ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ, ਇਹਨਾਂ ਨੇ ਵਿਸ਼ਾ ਤੇ ਬਹੁਤ ਸੋਹਣਾ ਲੈ ਕੇ ਆਉਂਦਾ, ਇਹ ਕੋਈ ਡਾਊਟ ਨਹੀਂ। ਪਹਿਲਾਂ ਮੈਂ ਸ਼ਰਾਬ ਦੇ ਵਿਸ਼ੇ ਦੀ ਗੱਲ ਕਰਦਾ ਕਿ ਸ਼ਰਾਬ ਦਾ ਜਿਹੜਾ ਕਹਿੰਦੇ ਹੈਗੇ ਆ ਨਾ, ਉਹ ਇੱਕ ਕਿਸਮ ਦਾ ਟੈਂਪਰੇਰੀ ਪਾਗਲਪਨ ਆਉਂਦਾ ਵਾ, ਕਿਉਂਕਿ ਬ੍ਰੇਨ ਨੂੰ ਕੰਟਰੋਲ ਉਹ ਕਰਦਾ ਹੈ। ਔਰ ਟੈਂਪਰੇਰੀ ਪਾਗਲਪਨ ਜਿਹੜਾ ਹੈਗਾ, ਪਾਗਲ ਆਦਮੀ ਹਮੇਸ਼ਾ ਖੁਸ਼ ਹੀ ਰਹਿੰਦਾ ਹੁੰਦਾ ਵਾ, ਜਿਸ ਤਰ੍ਹਾਂ ਸ਼ਰਾਬੀ ਕੋਚ ਕਹਿੰਦੇ ਆ ਬੜਾ ਮਜ਼ਾ ਆਇਆ ਵਾ, ਉਹ ਬਿਲਕੁਲ ਉਹ ਸਟੇਜ ਹੁੰਦੀ ਹੈਗੀ ਆ। ਉਹ ਅੰਦਰੂਨੀ ਖੁਸ਼ੀ ਨਹੀਂ ਹੁੰਦੀ, ਬਾਹਰਲੀ ਖੁਸ਼ੀ ਹੁੰਦੀ ਹੈਗੀ ਆ। ਔਰ ਉਹ ਖੁਸ਼ੀ, ਉਹ ਵੀ ਖੁਸ਼ੀ ਜਿਹੜੀ ਇਨਸਾਨ ਨੂੰ ਖੁਦ ਹੀ ਨਹੀਂ ਪਤਾ ਹੁੰਦਾ ਵੀ ਹੈਗੀ ਆ ਕਿ ਨਹੀਂ ਹੈਗੀ। ਔਰ ਦੂਸਰਾ ਜਿਹੜਾ ਹੈਗਾ ਵਾ, ਸਰਦਾਰ ਨਿਰਮਲ ਸਿੰਘ ਜੀ ਨੇ ਰਿਜਕ ਦਾ ਟੋਪਿਕ ਲਿਆ ਵਾ, ਮੇਰਾ ਇੱਥੇ ਥੋੜ੍ਹਾ ਨਾ ਡਿਫਰੈਂਸ ਹੈਗਾ ਵਾ। ਇਹਨਾਂ ਨੇ ਗੱਲ ਕੀਤੀ ਹੈਗੀ ਕਿ ਰਿਜਕ ਜਿਹੜਾ ਸਾਰਾ ਜਿਹੜਾ ਹੈਗਾ ਮਨ ਨਾਲ ਰਿਲੇਟਡ ਹੈਗਾ ਵਾ। ਮੈਂ ਵੇਖ ਰਿਹਾ ਸੀਗਾ ਕਿ ਲਗਭਗ ਗੁਰਬਾਣੀ 'ਚ ਹੈਗਾ ਵਾ ਰਿਜਕ ਜਿਹੜਾ ਹੈਗਾ ਇੱਕ ਵਾਰੀ ਔਂਕੜ ਤੋਂ ਬਿਨਾਂ ਆਇਆ, ਬਾਕੀ ਜਿਹੜਾ 36 ਵਾਰੀ ਜਿਹੜੀ ਹੈਗਾ ਔਂਕੜ ਨਾਲ ਆਇਆ ਹੈਗਾ। ਔਰ ਸਭ ਦਾ ਸੰਬੰਧ ਜਿਹੜਾ ਹੈਗਾ ਵਾ ਰਿਜਕ ਖਾਣ ਦੇ ਨਾਲ ਹੈਗਾ ਵਾ, ਮਨ ਦੇ ਨਾਲ ਨਹੀਂ ਹੈਗਾ ਵਾ। ਜਿੰਨੇ ਵੀ ਸ਼ਬਦ ਮੈਂ ਵੇਖੇ ਹੈਗੇ ਆ
ਕੁਛ ਕਿਸੇ ਵੀ ਜਿਹੜਾ ਹੈਗਾ ਵਾ ਮਨ ਦੀ ਨਹੀਂ ਗੇ। ਹਾਂ ਸ਼ਬਦ ਦਾ ਬਾਕੀ ਹਿੱਸਾ ਜਿਹੜਾ ਹੈਗਾ ਵਾ ਉਹ ਮਨ ਦੀ ਪ੍ਰੇਰਣਾ ਵਾਸਤੇ ਕਰਦਾ ਹੈਗਾ ਵਾ। ਹੁਣ ਜਿਸ ਤਰ੍ਹਾਂ ਪਹਿਲਾਂ ਜਿਹੜਾ ਹੈਗਾ ਜਿਸ ਤਰ੍ਹਾਂ ਆਮ ਅਸੀਂ ਅਰਥ ਕਰਦੇ ਹੈਗੇ ਆ, ਕਾਹੇ ਰੇ ਮਨ ਚਿਤਵੇ ਉਦਮ ਜਾਂ ਆਹਰ ਹਰ ਜੀਓ ਭਰਿਆ ਸੈਲ ਪੱਥਰ ਮੈਂ ਜੰਤ ਪਾਏ ਤਾਂ ਤਾਂ ਰਿਜਕ ਆਗੇ ਕਰ ਤਰਿਆ। 99.99 ਪੀਪਲ ਜਿਹੜੇ ਹੈਗੇ ਰਿਜਕ ਖਾਣ ਵਾਸਤੇ ਆਉਂਦੇ ਜਾਂਦੇ ਹੈਗੇ ਆ, ਮਨ ਵਾਸਤੇ ਕੋਈ ਨਹੀਂ ਜਾਂਦਾ ਹੈਗਾ। ਔਰ ਇਸ ਬੰਦ ਜਿਹੜਾ ਹੈਗਾ ਰਿਜਕ ਇਸੇ ਕਰਕੇ ਉਹਦੇ ਨਾਲ ਹੀ ਆਉਂਦਾ ਹੈਗਾ। ਔਰ ਦੂਸਰੀ ਗੱਲ ਆ ਜਾਂਦੀ ਹੈਗੀ ਆ ਮਨ ਦਾ ਰਿਜਕ। ਮਨ ਦਾ ਰਿਜਕ ਜਿਹੜਾ ਹੈਗਾ ਉਹ ਗਿਆਨ ਤੋਂ ਆਉਣਾ ਹੈਗਾ। ਇਹ ਰਿਜਕ ਜਿਹੜਾ ਹੈਗਾ ਵਾ ਖਾਣ ਦਾ ਰਿਜਕ ਹੈ, ਉਸ ਅਕਾਲ ਪੁਰਖ ਨੇ ਜਿੰਨੇ ਵੀ ਸ਼ਬਦ ਹੈਗੇ ਆ ਉਹ ਆਟੋਮੈਟਿਕਲੀ ਹਰੇਕ ਜੀਵ ਵਾਸਤੇ ਦਿੱਤਾ ਹੈਗਾ, ਕਿਸੇ ਵਾਸਤੇ ਕੋਈ ਨਹੀਂ। ਸੈਲ ਪੱਥਰ ਮੈਂ ਜੰਤ ਪਾ ਜਿਹੜਾ ਹੈਗਾ ਤਾਂ ਕਰ ਰਿਜਕ ਆਗੇ ਕਰਦਾ ਰਿਹਾ, ਉਹ ਇਹੋ ਹੀ ਆ ਕਿ ਹਰੇਕ ਜੀਵ ਵਾਸਤੇ ਪੈਦਾ ਕੀਤੇ ਹੈਗੇ ਆ। ਲੇਕਿਨ ਮਨ ਦਾ ਰਿਜਕ ਜਿਹੜਾ ਹੈਗਾ ਵਾ ਉਹ ਕਿਸੇ ਵਾਸਤੇ ਪੈਦਾ ਨਹੀਂ ਕੀਤਾ। ਮਨ ਦੇ ਰਿਜਕ ਵਾਸਤੇ ਸਾਨੂੰ ਗੁਰੂ ਕੋਲ ਆਉਣਾ ਹੈ, ਗੁਰਬਿਨ ਗਿਆਨ ਨਾ ਹੋਏ। ਇਹਦੇ ਨਾਲ ਦੇ ਵੀ ਲਗਭਗ 22 ਸ਼ਬਦ ਹੈਗੇ ਜਿਹੜੇ ਗੁਰਬਿਨ ਗਿਆਨ ਦੀ ਗੱਲ, ਗਿਆਨ ਨਾ ਹੋਏ ਜਿਹੜੇ ਗੱਲ ਕਰਦੇ ਹੈਗੇ ਆ। ਮਨ ਦੇ ਰਿਜਕ ਵਾਸਤੇ ਸਾਨੂੰ ਗੁਰੂ ਕੋਲ ਆਉਣਾ ਪੈਣਾ ਵਾ। ਤਨ ਦਾ ਰਿਜਕ ਉਸ ਅਕਾਲ ਪੁਰਖ ਨੇ ਰੱਖਿਆ ਹੈਗਾ ਵਾ। ਔਰ ਇੱਥੇ ਜਿੰਨੇ ਵੀ ਸ਼ਬਦ ਹੈਗੇ ਸਾਰੇ ਇਹ ਸਾਰੇ ਰਿਜਕ ਜਿਹੜੇ ਹੈਗੇ ਸਰੀਰ ਨਾਲ ਸੰਬੰਧਿਤ ਹੈਗੇ ਆ। ਬਾਕੀ ਦਾ ਸ਼ਬਦ ਜਿਹੜਾ ਹੈਗਾ ਪਾਠ ਜਿਹੜਾ ਹੈਗਾ ਵਾ ਉਹ ਮਨ ਦੇ ਨਾਲ ਸੰਬੰਧਿਤ ਆਉਂਦਾ ਹੈਗਾ। ਅਗਰ ਉਸਨੂੰ ਪੂਰੇ ਸ਼ਬਦ ਨੂੰ ਧਿਆਨ ਨਾਲ ਪੜ੍ਹੀਏ, ਜਿੰਨੇ ਵੀ ਜਿਹੜੇ ਲਗਭਗ 37 ਕਰੀਬ ਦੇ ਸ਼ਬਦ ਹੈਗੇ ਆ ਉਹ ਸਾਰੇ ਜਿਹੜੇ ਹੈਗੇ ਉਹਨਾਂ ਕਰਦੇ ਹੈਗੇ ਆ। ਇਸੇ ਕਰਕੇ ਜਿੱਥੋਂ ਤੱਕ ਮੈਂ ਵੀ ਸਮਝ ਸਕਿਆ ਹੈਗਾ ਵਾ ਜਿੰਨੇ ਵੀ ਸ਼ਬਦ ਹੈਗੇ ਆ ਉਹ ਰਿਜਕ ਦੇ ਸਰੀਰ ਨਾਲ ਹੈਗੇ ਆ। ਮਨ ਦੇ ਰਿਜਕ ਵਾਸਤੇ ਸਾਨੂੰ ਗੁਰੂ ਕੋਲ ਜਾਣਾ ਪੈਣਾ ਵਾ, ਆਟੋਮੈਟਿਕਲੀ ਸਾਨੂੰ ਰਿਜਕ ਨਹੀਂ ਮਿਲਣਾ। ਔਰ ਉਹਦੇ ਵਾਸਤੇ ਉਪਰਾਲੇ ਵੀ ਕਰਨੇ ਪੈਣੇ ਹੈਗੇ ਆ। ਇਹ ਨਹੀਂ ਜਿਸ ਤਰ੍ਹਾਂ ਕਿ ਮੈਂ ਥੋੜ੍ਹਾ ਸਤਿਗੁਰ ਜਿਨੀ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ, ਅੰਤਰ ਗਿਆਨ ਨਾ ਆਇਓ ਮ੍ਰਿਤਕ ਹੈ ਸੰਸਾਰ। ਇਹਦੇ ਵਾਸਤੇ ਸਾਨੂੰ ਐਫਰਟ ਕਰਨੀ ਪੈਣੀ ਆ, ਆਟੋਮੈਟਿਕਲੀ ਨਹੀਂ ਇਹ ਮਿਲਿਆ ਸਾਡੇ ਵਾਸਤੇ ਰੱਖਿਆ। ਸੱਚੇ ਸੱਚ ਰਤੇ ਗੁਰ ਸ਼ਬਦ ਸਿਓ ਤਿੰਨ ਸੱਚੀ ਸਦਾ ਲਿਵਲ ਹੋਏ, ਉਹਦੇ ਵਾਸਤੇ ਐਫਰਟ ਕਰਨੀ ਪੈ ਰਹੀ ਆ। ਇਹਦੇ ਨਾਲ ਦਾ ਹੀ ਆਸਾ ਕੀ ਵਾਰ ਜਾਂਦਾ, ਗਿਆਨ ਕਾ ਬੱਧਾ ਮੰਨ ਰਹੇ ਗੁਰਬਿਨ ਗਿਆਨ ਨਾ ਹੋਏ। ਉਹਦੇ ਵਾਸਤੇ ਗੁਰੂ ਕੋਲ ਜਾਣਾ ਪੈਣਾ ਵਾ, ਆਟੋਮੈਟਿਕਲੀ ਨਹੀਂ ਮਿਲਣਾ। ਗਿਆਨ ਨਾ ਗਲੀਏ ਟੁੰਡੀਏ ਕਥਨਾ ਕਰੜਾ ਸਾਰ, ਗਲੀਆਂ 'ਚ ਨਹੀਂ ਮਿਲਦਾ ਹੈਗਾ ਵਾ, ਉਹਦੇ ਵਾਸਤੇ ਐਫਰਟਸ ਕਰਨੀ ਪੈਣੀ ਹੈਗੀ ਆ। ਮਨ ਦੇ ਰਿਜਕ ਵਾਸਤੇ ਸਾਨੂੰ ਐਫਰਟ ਕਰਨੀ ਪੈਣੀ ਹੈ, ਤਨ ਦਾ ਰਿਜਕ ਸਾਨੂੰ ਆਟੋਮੈਟਿਕਲੀ ਮਿਲਿਆ ਹੈਗਾ ਵਾ। ਇਸ ਕਰਕੇ ਮਨ ਦੇ ਰਿਜਕ ਵਾਸਤੇ ਜਿਹੜਾ ਹੈਗਾ ਸਾਨੂੰ ਗੁਰੂ ਕੋਲ ਜਾਣਾ ਹੀ ਪੈਣਾ ਵਾ, ਸਾਨੂੰ ਆਟੋਮੈਟਿਕਲੀ ਅਵੇਲੇਬਲ ਨਹੀਂ। ਔਰ ਇਸ ਕਰਕੇ ਜਿੰਨੇ ਵੀ ਸ਼ਬਦ ਹੈਗੇ ਆ ਉਹ ਸਾਰੇ ਰਿਜਕ ਦੇ ਜਿੰਨੇ ਵੀ ਹੈਗੇ ਆ ਉਹ ਸਰੀਰਕ ਰਿਜਕ ਦੀ ਗੱਲ ਹੈਗਾ, ਕਿਉਂਕਿ ਲੋਕ ਜ਼ਿਆਦਾ ਉਸ ਵਾਸਤੇ ਦੌੜਦੇ ਹੈਗੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਇਹਦੇ ਬਾਰੇ ਨਿਰਮਲ ਸਿੰਘ ਜੀ ਤੁਸੀਂ ਹਾਂਜੀ ਬਿਲਕੁਲ ਡਾਕਟਰ ਸਰਵੀ ਸਿੰਘ ਉਹਨਾਂ ਦਾ ਬੜਾ ਬੜਾ ਧੰਨਵਾਦ ਹੈ। ਹੋ ਸਕਦਾ ਮੈਂ ਗੱਲ ਕਰਨ ਦੇ ਵਿੱਚ ਕੋਈ ਕਲੀਅਰ ਨਾ ਕਰ ਸਕਿਆ ਹੋਵਾਂ। ਵੈਸੇ ਮੈਂ ਵਾਰ ਵਾਰ ਗੁਰੂ ਦੇ ਗਿਆਨ ਦੀ ਹੀ ਗੱਲ ਕੀਤੀ ਆ। ਗੁਰੂ ਦੇ ਗਿਆਨ ਦੇ ਨਾਲ ਹੀ ਮਨ ਅਡੋਲਤਾ ਦੇ ਵਿੱਚ ਆਏਗਾ। ਜਿਉਂ ਮੰਦਰ ਕੋ ਥਾਮੇ ਥੰਮਨ ਤਿਉਂ ਗੁਰ ਕਾ ਸ਼ਬਦ ਮੰਨੇ ਅਸਥੰਮਨ। ਇਸੇ ਹੀ ਵੀ ਤੇ ਮੈਂ ਜ਼ੋਰ ਦਿੱਤਾ, ਗੁਰੂ ਦਾ ਗਿਆਨ, ਗੁਰੂ ਦਾ ਉਪਦੇਸ਼, ਗੁਰੂ ਦਿੱਤੀ ਗਈ ਮਤ ਮਨ ਬੁੱਧ, ਇਸੇ ਦੇ ਵਿੱਚ ਮੈਂ ਹੋ ਸਕਦਾ ਮੈਂ ਕਲੀਅਰ ਚੰਗੀ ਤਰ੍ਹਾਂ ਨਾ ਕਰ ਸਕਾ ਹੋਵਾਂ, ਪਰ ਮੇਰਾ ਜਿਹੜਾ ਫੋਕਸ ਸੀਗਾ ਉਹ ਮਨ ਦੇ ਰਿਜ਼ਕ ਦਾ ਹੀ ਸੀਗਾ। ਫਿਰ ਮੈਂ ਕਹਿ ਦਿੰਦਾ ਡਾਕਟਰ ਸਾਹਿਬ ਬੜੇ ਸਿਆਣੇ ਆ, ਮੈਂ ਉਹਨਾਂ ਤੋਂ ਖਿਮਾ ਮੰਗਦਾ ਜੇ ਮੈਂ ਕੋਈ ਕਿਤੇ ਹੁਣ ਤਾਂ ਛੱਡ ਗਿਆ ਹੋਵਾਂ। ਜੀ ਮਨਪ੍ਰੀਤ ਕੌਰ ਜੀ ਤੁਸੀਂ ਐਡਰੇਸ ਕੀਤਾ, ਫਿਰ ਉਸ ਤੋਂ ਬਾਅਦ ਮਨਜੀਤ ਸਿੰਘ ਜੀ। ਹਾਂਜੀ ਜੀ, ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਜੀ, ਮੈਂ ਮੇਰੇ ਨਾ ਸ਼ਾਇਦ ਜੋ ਵੀਰ ਜੀ ਨੇ ਜੋ ਅੱਜ ਐਕਸਪਲੇਨ ਕੀਤਾ ਹੈ, ਸੋ ਮੇਰੇ ਦੋ ਜੋ ਮੈਂ ਸ਼ਬਦ ਇੱਥੇ ਵਿਚਾਰ ਕੀਤੇ ਸੀਗੇ,
ਬਾਬਾ ਹੋਰ ਖਾਣਾ ਖੁਸ਼ੀ ਖੁਆਰ ਐਂਡ ਧੰਨ ਅਨਾਦ ਧੰਨ ਗੁਰਦੇਵ, ਹਨਾ। ਜਦੋਂ ਅਸੀਂ ਉਹਦੇ ਵਿੱਚ ਵੀ ਅਸੀਂ ਇਹੀ ਗੱਲ ਸਮਝੀ ਸੀ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿਰਫ ਤੇ ਸਿਰਫ ਸਾਨੂੰ ਮਨ ਦੇ ਭੋਜਨ ਦੇ ਬਾਰੇ ਸਾਨੂੰ ਦੱਸਦੇ ਨੇ, ਕਿਉਂਕਿ ਜਿਹੜਾ ਅਸੀਂ ਜਿਹੜਾ ਸਰੀਰ ਦਾ ਖਾਣਾ ਹੈ ਨਾ, ਉਹ ਹਮੇਸ਼ਾ ਏਜ ਵਾਈਜ਼ ਹੁੰਦਾ ਹੈ, ਸਾਡੇ ਕੰਮ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਮੈਂ ਕਿਹੜਾ ਕੰਮ ਕਰਦੀ ਹਾਂ, ਮੈਨੂੰ ਕਿੰਨੀ ਕੈਲੋਰੀਜ਼ ਚਾਹੀਦੀਆਂ ਨੇ। ਇਹ ਸੀਜ਼ਨਲ ਵੀ ਹੁੰਦਾ ਹੈ ਕਿ ਕਿਹੜੇ ਸੀਜ਼ਨ ਵਿੱਚ ਕਿਹੜਾ ਖਾਣਾ ਖਾਣਾ ਹੈ, ਐਂਡ ਆਲਵੇਜ਼ ਆਰ ਫੂਡ ਸ਼ੁੱਡ ਬੀ ਰੀਜ਼ਨਲ, ਹਨਾ। ਸੋ ਇਹ ਖਾਣਾ ਜਿਹੜਾ ਹੈ ਨਾ, ਇਹ ਹਰ ਬੰਦੇ ਤੋਂ ਬੰਦੇ ਵੇਰੀ ਕਰਦਾ ਹੈ, ਏਰੀਆ ਵਾਈਜ਼ ਵੇਰੀ ਕਰਦਾ ਹੈ, ਤਾਂ ਇਹ ਖਾਣਾ ਇੱਕ ਨਹੀਂ ਹੋ ਸਕਦਾ, ਲੇਕਿਨ ਪੂਰੀ ਦੁਨੀਆ ਦਾ ਮਨ ਦਾ ਖਾਣਾ ਇੱਕ ਹੋ ਸਕਦਾ ਹੈ। ਹਾਂ, ਅੱਜ ਜਿਵੇਂ ਅਸੀਂ ਅਸੀਂ ਫਿਜ਼ੀਕਲ ਫਿਟਨੈਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਤੇ ਇਸ ਸਰੀਰ ਨੂੰ ਨਾ, ਇਸ ਦੇਹੀ ਕੋ ਪਾਲ, ਹਨਾ, ਇਸ ਕਿਉਂਕਿ ਇਹ ਬੋਡੀ ਦੀ ਵੀ ਉਤਨੀ ਹੀ ਇੰਪੋਰਟੈਂਸ ਹੈ, ਇਸ ਨਿਊਟ੍ਰੀਸ਼ੀਅਸ ਫੂਡ ਚਾਹੀਦਾ ਹੈ। ਸਰੀਰ ਦਾ ਖਾਣਾ ਅੱਡ ਹੁੰਦਾ ਹੈ, ਮਨ ਦਾ ਖਾਣਾ ਅੱਡ ਹੁੰਦਾ ਹੈ। ਸੋ ਸਰੀਰ ਦੀ ਐਕਸਰਸਾਈਜ਼ ਵੀ ਅਲੱਗ ਹੈ, ਮਨ ਦੀ ਐਕਸਰਸਾਈਜ਼ ਵੀ ਅਲੱਗ ਹੈ। ਮਨ ਨੇ ਜੋ ਪ੍ਰੈਕਟਿਸ ਕਰਨੀ ਹੈ ਉਹ ਹੈ ਆਪਣੇ ਇਮਸ ਨੂੰ, ਆਪਣੇ ਫੀਲਿੰਗਸ ਨੂੰ ਕੰਟਰੋਲ ਕਰਨ ਦੀ। ਸੋ ਅੱਜ ਜਦੋਂ ਅਸੀਂ ਇਹ ਵੀ ਸਮਝਦੇ ਹਾਂ ਕਿ ਚਾਹੇ ਅਸੀਂ ਸਾਰੀ ਜ਼ਿੰਦਗੀ ਐਕਸਰਸਾਈਜ਼ ਕਰੀਏ ਨਾ ਕਰੀਏ, ਬਟ ਆਫਟਰ 50 ਸਾਨੂੰ ਐਕਸਰਸਾਈਜ਼ ਕਰਨੀ ਹੀ ਚਾਹੀਦੀ ਹੈ। ਸੋ ਗੁਰੂ ਪਾਤਸ਼ਾਹ ਜਿਹੜੇ ਨੇ ਇਸਦੇ ਬਾਰੇ ਅਗਰ ਤੁਸੀਂ ਅੱਜ ਸੋਸ਼ਲ ਮੀਡੀਆ ਤੇ ਦੇਖੋ, ਤੁਹਾਨੂੰ ਇਤਨੇ ਜ਼ਿਆਦਾ ਲੋਕ ਤੁਹਾਨੂੰ ਫਿਜ਼ੀਕਲ ਫਿਟਨੈਸ ਨੂੰ ਲੈ ਕੇ, ਡਾਇਟੀਸ਼ੀਅਨਸ, ਨਿਊਟ੍ਰੀਸ਼ੀਅਨਸ, ਨੈਚੁਰੋਪੈਥੀ ਸਭ ਇਸ ਦੇ ਉੱਤੇ ਲੱਗੇ ਹੋਏ ਨੇ, ਬਟ ਅਲਟੀਮੇਟਲੀ ਜਦੋਂ ਸਾਡੀਆਂ ਜਿਹੜੀਆਂ ਬਿਮਾਰੀਆਂ ਹੁੰਦੀਆਂ, ਜਿਹਦਾ ਰੂਟ ਕੌਜ਼ ਇਹ ਹੁੰਦਾ ਹੈ ਕਿ ਸਾਡੇ ਮਨ ਦਾ ਭੋਜਨ ਠੀਕ ਨਹੀਂ ਹੁੰਦਾ, ਉਹ ਜਿਹੜੇ ਸਾਡੇ ਇਮੋਸ਼ਨਸ ਨੇ, ਨੈਗੇਟਿਵ ਇਮੋਸ਼ਨਸ, ਹਨਾ, ਜੋ ਸਾਡੇ ਅੰਦਰ ਐਸੇ ਹਾਰਮੋਨਸ ਪੈਦਾ ਕਰਦੇ ਨੇ ਕਿ ਅੰਦਰ ਦੀ ਪੂਰੀ ਕੈਮਿਸਟਰੀ ਹੀ ਬਦਲ ਜਾਂਦੀ ਹੈ। ਅਸੀਂ ਲੋਕ ਅੱਛਾ ਹੈਲਦੀ ਖਾਣਾ ਖਾਣ ਤੋਂ ਬਾਅਦ ਵੀ ਅਨਫਿਟ ਰਹਿੰਦੇ ਆ। ਹੁਣ ਮਾਵਾਂ ਜਿਹੜੀਆਂ ਨੇ ਉਹ ਕਹਿੰਦੀਆਂ ਅਸੀਂ ਆਪਣੇ ਬੱਚੇ ਨੂੰ ਇਤਨਾ ਹੈਲਦੀ ਇਹਦੇ ਸਰੀਰ ਨੂੰ ਲੱਗਦਾ ਹੀ ਨਹੀਂ, ਇਹ ਜਿਹੜਾ ਹੈ ਇਹ ਸਾਰਾ ਦਿਨ ਰੂੰ ਰੂੰ ਲੱਗਾ ਰਹਿੰਦਾ ਹੈ। ਸੋ ਸੱਚਮੁੱਚ ਸਾਡੇ ਮਨ ਦਾ ਖਾਣਾ ਜਦ ਤੱਕ ਹੈਲਦੀ ਨਹੀਂ ਹੋਏਗਾ, ਅਸੀਂ ਤਨ ਕਰਕੇ ਵੀ ਫਿਜ਼ੀਕਲੀ ਫਿੱਟ ਨਹੀਂ ਹੋ ਸਕਦੇ। ਇਸ ਕਰਕੇ ਗੁਰੂ ਪਾਤਸ਼ਾਹ ਨੇ ਪੂਰੀ ਗੁਰਬਾਣੀ ਦੇ ਵਿੱਚ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਦੀ ਗੱਲ ਕੀਤੀ ਹੈ। ਸੋ ਜਦੋਂ ਅਸੀਂ ਜਦੋਂ ਇਹ ਜਿਹੜਾ ਮਨ ਜਿਹੜਾ ਭੁੱਖਾ ਹੁੰਦਾ ਨਾ, ਇਹ ਐਸੇ ਖਾਣੇ ਖਾਂਦਾ ਹੈ, ਲੋਭੀ ਜੰਤ ਨਾ ਜਾਣੀ ਪੱਖ ਅਪੱਖ ਸਭ ਖਾਏ, ਹਨਾ। ਜਦੋਂ ਇਹ ਇਸ ਸ਼ਬਦ ਦੀ ਜਦੋਂ ਗੱਲ ਕੀਤੀ ਨਾ, ਤੇ ਇਸ ਤੋਂ ਅਗਲੀ ਲਾਈਨ ਵਿੱਚ ਪਤਾ ਖੁਦ ਹੀ ਕਲੀਅਰ ਕਰ ਰਹੇ ਨੇ ਪਾਤਸ਼ਾਹ ਕਿ ਮੇਰੇ ਇਮੋਸ਼ਨਸ ਐਂਡ ਮੇਰੀ ਫੀਲਿੰਗਸ ਕਿਸ ਤਰ੍ਹਾਂ ਦੀਆਂ। ਕਹਿੰਦੇ ਕਾਮ ਕ੍ਰੋਧ ਮਦ ਵਿਆਪਿਆ, ਉੱਥੇ ਇਹ ਨਹੀਂ ਬੋਲਿਆ ਕਿ ਇਹ ਪੀਜ਼ਾ ਬਰਗਰ ਜਾਂ ਇਸਨੇ ਕੁਛ ਹੋਰ ਐਲਕੋਹਲ ਲਿੱਤਾ, ਕਿਉਂਕਿ ਉਹ ਚੀਜ਼ਾਂ ਤਾਂ ਹੀ ਲਿੱਤੀਆਂ ਜਾਂਦੀਆਂ ਨੇ ਜਦੋਂ ਕਾਮ ਕ੍ਰੋਧ ਮਦ ਵਿਆਪਿਆ ਫਿਰ ਜੋਨੀ ਪਾਏ। ਸੋ ਜਦੋਂ ਅਸੀਂ ਇਹ ਵਾਲਾ ਜਦੋਂ ਅਸੀਂ ਗੱਲ ਕਰਦੇ ਨਾ, ਖਾਣਾ ਪੀਣਾ ਪਵਿੱਤਰ ਹੈ ਦੀ ਤੋਨ ਰਿਜਕ ਸੰਭਾਏ, ਇਹ ਜਿਹੜੀ ਆਸਾ ਕੀ ਵਾਰ ਦੇ ਵਿੱਚ ਇਹ ਜਿਹੜਾ ਕੋਨਸੈਪਟ ਚੱਲ ਰਿਹਾ ਨਾ, ਇਹ ਜਿਵੇਂ ਵੀਰ ਨਿਰਮਲ ਸਿੰਘ ਜੀ ਨੇ ਕਲੀਅਰ ਕੀਤਾ ਹੈ ਕਿ ਇਹ ਸੂਤਕ ਦਾ, ਕਿਉਂਕਿ ਇਸ ਸ਼ਬਦ ਇਸ ਸਲੋਕ ਇਹ ਤੀਸਰਾ ਸਲੋਕ ਹੈ, ਤੇ ਜਦੋਂ ਇਹਦੇ ਪਹਿਲੇ ਸਲੋਕ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਵੀ ਜੇਕਰ ਸੂਤਕ ਮੰਨੀਏ ਸਪਤੈ ਸੂਤਕ ਹੋਏ ਗੋਹੇ ਅਤੇ ਲੱਕੜੀ, ਹਨਾ, ਕਿਉਂਕਿ ਅਸੀਂ ਉੱਥੇ ਜੇਤੇ ਦਾਣੇ ਅੰਨ ਕੇ ਜੀਆਂ ਬਾਜਣਾ ਕੋਈ, ਅਸੀਂ ਲੋਕ ਖਾਣੇ ਨੂੰ ਫਿਰ
ਵੈਜ ਨੋਨ ਵੈਜ ਦਾ ਜਦੋਂ ਅਸੀਂ ਇਸ਼ੂ ਬਣਾ ਲੈਂਦੇ ਹਾਂ, ਹੈ ਨਾ, ਉੱਥੇ ਗੁਰੂ ਪਾਤਸ਼ਾਹ ਨੇ ਸੈਕਿੰਡ ਸਲੋਕ ਦੇ ਵਿੱਚ ਵੀ ਸੂਤਕ ਨੂੰ ਮਨ ਦੇ ਉੱਤੇ ਕਿਵੇਂ ਟੁਕਾਇਆ, ਕਹਿੰਦੇ ਮਨ ਕਾ ਸੂਤਕ ਲੋਭ ਹੈ, ਜਿਹਵਾ ਸੂਤਕ ਕੂੜ, ਹੈ ਨਾ, ਅੱਖੀ ਸੂਤਕ ਵੇਖਣਾ ਪਰਤਰਿਆ ਪਰਤਨ ਰੂਪ, ਕੰਨੀ ਸੂਤਕ ਕੰਨ ਪੈ ਲਾਇ ਤਬਾਰੀ ਖਾਏ, ਨਾਨਕ ਹੰਸਾ ਆਦਮੀ ਬਧੈ ਜੰਪੁਰ ਜਾਏ। ਤੀਸਰੇ ਸਲੋਕ ਦੇ ਵਿੱਚ ਜਾ ਕੇ ਜਦੋਂ ਕਹਿੰਦੇ ਸਭੋ ਸੂਤਕ ਪਰਮ ਹੈ, ਦੂਜੇ ਲੱਗੇ ਜਾਏ, ਜੰਮਣ ਮਰਨਾ ਹੁਕਮ ਹੈ ਭਾਣੇ ਆਵੇ ਜਾਏ। ਹੁਣ ਇਸ ਨੂੰ ਹੀ ਜਿਹੜਾ ਇਹ ਮਨ ਜਿਹੜਾ ਹੈ ਇਹ ਲੋਭ ਵਿੱਚ ਔਰ ਵਿਕਾਰਾਂ ਦੇ ਵਿੱਚ ਜੋ 24 ਘੰਟੇ ਇਹਦਾ ਸਵਿਚ ਆਨ ਆਫ ਹੁੰਦਾ ਰਹਿੰਦਾ ਹੈ, ਬੈਟਰੀਜ਼ ਨੂੰ ਬਾਰ ਬਾਰ ਚਾਰਜ ਕਰਨੀ ਪੈਂਦੀ ਹੈ, ਇਹੀ ਦਰਅਸਲ ਸਾਡਾ ਜੰਮਣਾ ਮਰਨਾ ਹੀ ਹੁੰਦਾ ਰਹਿੰਦਾ ਹੈ। ਉੱਥੇ ਬੋਲਿਆ ਖਾਣਾ ਪੀਣਾ ਪਵਿੱਤਰ ਹੈ, ਦੀਤੋਂ ਰਿਜਕ ਸੰਭਾਏ, ਅੰਦਰ ਪਿਆ ਹੈ ਇਹ ਖਾਣਾ, ਕਿੱਥੋਂ ਬਾਹਰ ਵੀ ਨਹੀਂ ਲੈ ਕੇ ਆਉਣਾ ਹੈ। ਪਰ ਸਾਨੂੰ ਇਹ ਲੱਗਦਾ ਹੈ ਕਿ ਮੈਂ ਅੱਗੇ ਵੀ ਜਦੋਂ ਵਿਚਾਰ ਸਾਨੂੰ, ਕਿਉਂਕਿ ਇਹ ਜਿਹੜਾ ਹੈ ਨਾ ਅਸੀਂ ਹਰ ਚੀਜ਼ ਬਾਹਰ ਦੇ ਉੱਤੇ ਟੁਕਾ ਲੈਂਦੇ ਹਾਂ, ਤੇ ਸਾਨੂੰ ਇਹ ਲੱਗਦਾ ਕਿ ਸ਼ਾਇਦ ਗੁਰਬਾਣੀ ਖਾਣੇ ਪੀਣੇ ਦੀ, ਬਾਹਰ ਦੇ ਤਨ ਦੇ ਖਾਣੇ ਪੀਣੇ ਦੀ ਗੱਲ ਕਰਦੀ ਹੈ। ਦੇਖੋ ਇੱਕ ਬੱਚਾ ਜਦੋਂ ਜੰਮਦਾ ਹੈ ਨਾ, ਉਹਨੂੰ ਜੰਮਦਿਆਂ ਹੀ ਲੀਚ ਕਰਨਾ ਆ ਜਾਂਦਾ, ਉਸਨੂੰ ਪਤਾ ਹੈ ਕਿ ਇਹ ਕੁਦਰਤ ਨੇ ਹੀ ਉਸਨੂੰ ਅੰਦਰ ਇਹ ਇਨਬਿਲਟ ਸਿਸਟਮ ਪੈਦਾ ਕੀਤਾ ਹੈ ਕਿ ਸਰੀਰ ਨੇ ਕਿਵੇਂ, ਜੋ ਲੋਕ ਜੰਗਲ ਵਿੱਚ ਰਹਿੰਦੇ ਨੇ ਉਹ ਰੋਹ ਚੀਜ਼ਾਂ ਖਾ ਕੇ ਆਪਣੇ ਆਪ ਨੂੰ ਆਪਣੇ ਸਰੀਰ ਨੂੰ ਪਾਲ ਲੈਂਦੇ ਨੇ। ਸੋ ਮਨ ਜਦੋਂ ਭੁੱਖਾ ਹੁੰਦਾ ਹੈ ਨਾ, ਇਸ ਮਨ ਨੂੰ ਜਦੋਂ ਰਿਜ਼ਕ ਦਾ ਇੱਕ ਇੱਕ ਮੀਨਿੰਗ ਵੀਰ ਜੀ ਨੇ ਦਾਨ ਕੀਤਾ ਨਾ, ਤਾਂ ਉਹ ਭਗਤ ਪੀਪਾ ਜੀ ਦਾ ਜਿਹੜਾ ਉਸ ਸ਼ਬਦ ਹੈ ਰਾਗ ਸਾਰੰਗ ਵਿੱਚ, ਤੈ ਨਰ ਕਿਆ ਪੁਰਾਨ ਸੁਨ ਕੀਨਾ, ਅਨ ਪਾਵਨੀ ਭਗਤ ਨਹੀਂ ਉਪਜੀ, ਭੁੱਖੇ ਦਾਨ ਨਾ ਕੀਨਾ। ਇਹ ਦਾਨ ਸਭ ਤੋਂ ਪਹਿਲੇ ਇਸ ਮਨ ਨੂੰ ਕਰਨਾ ਸੀ, ਕਿਉਂਕਿ ਇਹ ਜਿਹੜਾ ਮਨ ਹੈ ਨਾ ਜਦੋਂ ਇਹ ਭੁੱਖਾ ਹੁੰਦਾ ਨਾ, ਕਿਉਂਕਿ ਰੂਟ ਪ੍ਰੋਬਲਮ ਹੀ ਮਨ ਦੀ ਹੈ, ਉਦੋਂ ਜਾ ਕੇ ਭਗਤ ਪੀਪਾ ਜੀ ਨੇ ਕਾਮ ਨਾ ਬਿਸਰਿਓ, ਕ੍ਰੋਧ ਨਾ ਬਿਸਰਿਓ, ਲੋਭ ਨਾ ਛੁੱਟਿਓ ਦੇਵਾ। ਜਦੋਂ ਮਨ ਨੇ ਭੁੱਖਾ ਮਨ ਹੋਏਗਾ ਨਾ, ਜਿਸ ਦੇ ਅੰਦਰ ਸੱਤ ਸੰਤੋਖ ਦਇਆ ਵਾਲੀ ਕੁਆਲਿਟੀ ਨਹੀਂ ਹੈ, ਜਿਸਨੇ ਅੱਛਾ ਪਰਉਪਕਾਰ ਵਾਲਾ, ਹੈ ਨਾ, ਪ੍ਰੇਮ ਦਾ ਮਿਠਾਸ ਦਾ ਭੋਜਨ ਜਿਸਨੇ ਨਹੀਂ ਖਾਧਾ, ਫਿਰ ਉਹਦੇ ਵਾਸਤੇ ਕਾਮ ਨਾ ਬਿਸਰਿਓ, ਕ੍ਰੋਧ ਨਾ ਬਿਸਰਿਓ, ਲੋਭ ਨਾ ਛੁੱਟਿਓ ਦੇਵਾ, ਪਰ ਨਿੰਦਾ ਮੁਖ ਤੇ ਨਹੀਂ ਛੁੱਟੀ, ਨਿਫਲ ਪਈ ਸਭ ਸੇਵਾ। ਸੋ ਗੁਰੂ ਪਾਤਸ਼ਾਹ ਇਤਨੇ ਸੁਚੱਜੇ ਢੰਗ ਦੇ ਨਾਲ ਸਾਨੂੰ ਬਾਰ ਬਾਰ ਸਿਖਾਉਂਦੇ ਨੇ ਕਿ ਹੇ ਮਨਾ, ਤੂੰ ਇਹ ਰਿਜਕ ਜਿਹੜੀ ਹੈ ਨਾ ਪਹਿਲੇ ਆਪਣੇ ਇਸ ਮਨ ਨੂੰ ਦੇ, ਜਿਸ ਦਿਨ ਮਨ ਪਵਿੱਤਰ ਹੋ ਜਾਏਗਾ, ਇਸ ਦੇ ਅੰਦਰ ਨੈਗੇਟਿਵ ਫੀਲਿੰਗਸ ਆਉਣੀਆਂ ਬੰਦ ਹੋ ਜਾਣਗੀਆਂ ਨਾ, ਉਸ ਦਿਨ ਆਟੋਮੈਟਿਕਲੀ ਜਿਹੜੇ ਛੋਲੇ ਨੇ ਨਾ ਉਹ ਸੱਚਮੁੱਚ ਬਦਾਮ ਵਾਂਗੂ ਇਸ ਸਰੀਰ ਨੂੰ ਫਿਜ਼ੀਕਲੀ ਫਿੱਟ ਕਰ ਦੇਣਗੇ। ਸੋ ਵੀਰ ਨਿਰਮਲ ਸਿੰਘ ਜੀ ਨੇ ਜਾਂ ਬਾਅਦ ਵਿੱਚ ਹੋਰ ਵੀਰਾਂ ਨੇ ਵੀ ਜੋ ਇਸ ਨੂੰ ਅੱਗੇ ਇਸ ਵਿਸ਼ੇ ਨੂੰ ਵਧਾਇਆ ਹੈ, ਸੋ ਮੇਰਾ ਜੋ ਹੈ ਪੂਰਾ ਪੂਰਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਇੱਕੋ ਹੀ ਪੁਆਇੰਟ ਜੋ ਹੈ ਮੈਨੂੰ ਹਮੇਸ਼ਾ ਕਲੀਅਰ ਹੁੰਦਾ ਹੈ ਕਿ ਇਹ ਮਨ ਦੀ ਗੱਲ ਹੈ, ਐਂਡ ਮੈਨੂੰ ਆਪਣੇ ਮਨ ਨੂੰ ਇਸ ਨੂੰ ਸੱਚਿਆਰ ਬਣਾਉਣਾ ਹੈ, ਇਸ ਨੂੰ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ, ਜੋ ਵੀ ਜਿਨ ਜਿਸ ਇਹ ਅੰਦਰ ਲਿਖਿਆ ਹੋਇਆ ਹੈ, ਇਹ ਜ਼ਰੂਰੀ ਹੈ, ਇਹ ਕੰਪਲਸਰੀ ਹੈ। ਪਰ ਅਸੀਂ ਮਨ ਨੂੰ ਨਾ ਸਮਝ ਕੇ ਨਾ, ਹੈ ਨਾ, ਅਸੀਂ ਹਮੇਸ਼ਾ ਜਿਹੜੇ ਹਾਂ ਤਨ ਦੇ ਲੈਵਲ ਦੇ ਉੱਤੇ ਖੜੇ ਹਾਂ, ਤੇ ਇਸ ਕਰਕੇ ਸਾਨੂੰ ਮਨ ਦਾ ਭੋਜਨ ਬੋਤਾ ਜਿਹੜਾ ਹੈ ਨਾ ਉਹ ਸਮਝ ਹੀ ਨਹੀਂ ਆਉਂਦਾ। ਸੋ ਇੱਥੇ ਹੀ ਮੈਂ ਆਪਣੇ ਵਿਚਾਰਾਂ ਨੂੰ ਸਮੇਟਦੀ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ। ਸਰਦਾਰ ਮਨਜੀਤ ਸਿੰਘ ਜੀ, ਪਲੀਜ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਮੇਰਾ ਇੱਕ ਸ਼ਬਦ ਬਾਰੇ ਥੋੜਾ ਜਿਹਾ ਸ਼ੱਕ ਕਲੀਅਰ ਕੀਤਾ ਜਾਵੇ। ਸਲੋਕ ਮਹਿਲਾ ਤੀਜਾ, ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ, ਜਿਤ ਪੀਤੇ ਮਤ ਦੂਰ ਹੋਏ ਬਰਲ ਪਵੇ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੇ ਖਸਮੋਂ ਧੱਕੇ ਖਾਏ, ਜਿਤ ਪੀਤੇ ਖਸਮ ਵਿਸਰੈ ਦਰਗਹਿ ਮਿਲੈ ਸਜਾਏ, ਝੂਠਾ ਮਦ ਮੂਲ ਨਾ ਪੀਚਈ ਜੇ ਕਾ ਪਾਰ ਵਸਾਏ। ਮਤਲਬ ਇਸ ਲਾਈਨ ਦਾ ਕੋਈ ਮੈਨੂੰ ਝੂਠਾ ਮਦ ਮੂਲ ਨਾ ਪੀਚਈ ਜੇ ਕਾ ਪਾਰ ਵਸਾਏ, ਇਹਦੇ ਬਾਰੇ ਥੋੜ੍ਹਾ ਜਿਹਾ ਕੋਈ ਕਲੈਰੀਫਿਕੇਸ਼ਨ ਮੈਨੂੰ ਦੇਵੇ ਵੀ ਇਹ ਕਿਹੜੇ ਮਦ ਦੀ ਗੱਲ ਕੀਤੀ ਗਈ ਹੈ। ਨਾਨਕ ਨਦਰੀ ਸੱਚ ਮਦ ਪਾਈ ਹੈ, ਸਤਿਗੁਰ ਮਿਲੇ ਜਿਸ ਆਏ, ਸਦਾ ਸਾਹਿਬ ਕੈ ਰੰਗ ਰਹੇ ਮਹਿਲੀ ਪਾਵੇ ਥਾਉ। ਤਾਂ ਮੇਰਾ ਮੇਨ ਸਟ੍ਰੈਸ ਹੈਗਾ ਜੀ, ਜਿਤ ਪੀਤੇ ਝੂਠਾ ਮਦ ਮੂਲ ਨਾ ਪੀਚਈ ਜੇ ਕਾ ਪਾਰ ਵਸਾਏ। ਹਾਂਜੀ ਸਰਦਾਰ ਨਿਰਮਲ ਸਿੰਘ ਜੀ ਜਾਂ ਕੋਈ ਵੀ ਆਪਣੇ ਹਾਂਜੀ ਸਾਰੇ ਗਰੁੱਪ ਚੋਂ ਹਾਂਜੀ ਇਹਦੇ ਬਾਰੇ ਮੈਂ ਥੋੜ੍ਹਾ ਜਿਹਾ ਮੈਨੂੰ ਚਾਨਣਾ ਪਾ ਦੇਵੇ ਜੀ। ਜੀ ਮੈਂ ਨਿੱਕੀ ਜਿਹੀ ਇੱਕ ਗੱਲ ਕਰ ਦਵਾਂ ਹਾਂਜੀ ਕਿ ਸ਼ਰਾਬ ਦਾ ਨਸ਼ਾ ਜਾਂ ਹੋਰ ਨਸ਼ਾ ਉਹ ਸੀਮਿਤ ਸਮੇਂ ਤੇ ਉਤਰ ਸਕਦਾ ਹੈ, ਲੇਕਿਨ ਇੱਥੇ ਮਨ ਦਾ ਮਨ ਸੋਇਆ ਮਾਇਆ ਵਿਸਮਾਦ ਹੰਕਾਰ ਦਾ ਜਿਹੜਾ ਨਸ਼ਾ ਆ, ਜਿਤ ਪੀਤੇ ਮਤ ਦੂਰ ਹੋਏ, ਉਹ ਟੈਂਪਰੇਰੀ ਤੌਰ ਤੇ ਮਤ ਦੂਰ ਹੁੰਦੀ ਹੋਊਗੀ ਸ਼ਰਾਬ ਵਾਲੇ ਦੀ, ਪਰ ਮਨ ਦੇ ਹੰਕਾਰ ਦਾ ਭਰਿਆ ਜਿਹੜਾ ਆ, ਮਤ ਪੀਤੇ ਮਤ ਨੇ ਪੀ ਲਿਆ, ਉਹ ਕਿਹੜਾ ਹੰਕਾਰ ਦਾ ਨਸ਼ਾ ਆ, ਉਹ ਖਰਾਬ ਜ਼ਿਆਦਾ ਕਰੇਗਾ, ਸਾਰੇ ਇੰਦਰੀਆਂ ਨੂੰ ਖਰਾਬ ਕਰ ਦੇਗਾ। ਸ਼ਰਾਬ ਦਾ ਵੀ ਅਸੀਂ ਮੰਨਦੇ ਹਾਂ, ਸਰਦਾਰ ਡਾਕਟਰ ਸਰਬਜੀਤ ਸਿੰਘ ਹੁਣੀ ਜਿਸ ਤਰ੍ਹਾਂ ਗੱਲ ਕੀਤੀ ਸੀ, ਬਹੁਤ ਸਿਆਣੀ ਗੱਲ ਕੀਤੀ, ਪਰ ਇੱਥੇ ਮਨ ਦੇ ਨਸ਼ੇ ਦੀ ਗੱਲ ਆ, ਮਨ ਦਾ ਹੰਕਾਰ ਦਾ ਨਸ਼ਾ ਨਾ ਪ੍ਰਬੰਧਕਾਂ 'ਚ ਇੱਥੇ ਉਤਰਿਆ ਅਤੇ ਨਾ ਦਰਬਾਰ ਸਾਹਿਬ ਵਾਲਿਆਂ ਦੇ ਉਤਰਿਆ। ਮੈਂ ਹੁਣ ਇੰਨਾ ਹੀ ਕਹਿ ਦਵਾਂ ਤਾਂ ਇੰਨਾ ਹੀ ਬਹੁਤ ਆ ਇਸ ਸ਼ਬਦ ਦੇ ਸੰਦਰਭ ਦੇ ਵਿੱਚ। ਇਹ ਨਸ਼ਾ ਦੂਸਰੇ ਦੁਨਿਆਵੀ ਨਸ਼ਿਆਂ ਦੀ ਨਹੀਂ, ਮੇਰੇ ਮਨ ਦਾ ਜਿਹੜਾ ਹਰ ਵੇਲੇ ਖੁਮਾਰ ਚੜਿਆ ਆ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦਾ ਨਸ਼ਾ ਗੱਲ ਉਸ ਸ਼ਬਦ ਦੇ ਵਿੱਚ ਮੈਨੂੰ ਇਹ ਸਮਝ ਆਉਂਦੀ ਆ, ਬਾਕੀ ਉਸ ਸ਼ਬਦ ਨੂੰ ਪੂਰਾ ਕਿਤੇ ਵਿਚਾਰਿਆ ਜਾ ਸਕਦਾ। ਜੀ ਕਾਬਲ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਤਾਂ ਧੰਨਵਾਦ ਜੀ ਬਹੁਤ ਬਹੁਤ ਨਿਰਮਲ ਸਿੰਘ ਹੋਰਾਂ ਦਾ, ਜਿਨ੍ਹਾਂ ਨੇ ਮੇਰੇ ਹਿਸਾਬ ਨਾਲ ਆਮ ਕਰਕੇ ਲੋਕ ਰਿਜਕ ਨੂੰ ਪੈਸਾ ਸਭ ਤੋਂ ਜ਼ਿਆਦਾ ਗਿਣਦੇ ਨੇ, ਪਹਿਲਾਂ ਤਾਂ ਰਿਜਕ ਹੈ ਤਾਂ ਉਹਨੂੰ ਪੈਸੇ ਗਿਣਨਗੇ ਵੀ ਰੁਪਈਏ ਕਿੰਨੇ ਨੇ, ਸੈਕਿੰਡ ਫਿਰ ਕੋਈ ਚੀਜ਼ਾਂ ਪ੍ਰਾਪਰਟੀ ਖਾਣ ਪੀਣ ਵਾਲਾ, ਅਤੇ ਇਹਨਾਂ ਨੇ ਜਿਵੇਂ ਐਕਸਪੈਂਡ ਕਰ ਦਿੱਤਾ ਉਹਨੂੰ, ਵਿਸਥਾਰ ਕਰ ਦਿੱਤਾ, ਵੱਡਾ ਕਰ ਦਿੱਤਾ ਮੇਰੇ ਹਿਸਾਬ ਨਾਲ, ਕਿ ਉਹ ਮਨ ਦੇ ਨਾਲ ਜਿਹੜਾ ਇਹਨਾਂ ਜ਼ਿਆਦਾ ਕਰਕੇ, ਅਤੇ ਉਹ ਬਹੁਤ ਬਹੁਤ ਹੀ ਵਧੀਆ ਚੀਜ਼ ਆ ਜਿਹੜੀ ਕਿ ਸਭ ਨੂੰ ਸੋਚਣੀ ਚਾਹੀਦੀ ਆ, ਅਤੇ ਆਮ ਲੋਕ ਘੱਟ ਸੋਚਦੇ ਆ, ਆਮ ਲੋਕ ਇਹੋ ਹੀ ਸੋਚਦੇ ਆ ਕਿ ਪੈਸੇ ਕਿੰਨੇ ਅਤੇ ਉਹ, ਅਤੇ ਬਹੁਤ ਬਹੁਤ ਧੰਨਵਾਦ। ਅਤੇ ਜਿੱਥੋਂ ਤੱਕ ਇੰਟਰਪ੍ਰਿਟੇਸ਼ਨ ਹੈ ਜੀ, ਉਹ ਮੈਂ ਇੱਕ ਚੀਜ਼ ਕਹਿੰਦਾ ਨਾ ਕਿ ਮਨ ਹਰਾਮੀ ਅਤੇ ਹੁੱਚਾ ਢੇਰ, ਅਤੇ ਉਹ ਜਿਹੜੀ ਚੀਜ਼ ਹੈ ਨਾ ਬੜੀ ਸੋਹਣੀ, ਉਹ ਸ਼ਰਾਬ ਦੇ ਅਪਲਾਈ ਹੁੰਦੀ ਆ। ਸ਼ਰਾਬ ਜਿਹੜੀ ਆ, ਜੇ ਕਿਤੇ ਕੋਈ ਕਹਿ ਰਿਹਾ ਸੀ ਕਿ ਕੁਰਾਨ ਦੇ ਵਿੱਚ ਲਿਖਿਆ ਹੈ ਕਿ ਸ਼ਰਾਬ ਪੀਣੀ ਮਨ੍ਹਾ ਹੈ, ਅਤੇ ਉਹ ਜਿਹੜਾ ਮਨ ਉਹਦਾ ਹਰਾਮੀ ਵਾਲਾ, ਉਹ ਕਹਿੰਦਾ ਜੀ ਸ਼ਰਾਬ ਪੀਣੀ, ਅਤੇ ਉਹ ਪੀਂਦਾ ਸੀ, ਉਹ ਕਹਿੰਦਾ ਜੀ ਸ਼ਰਾਬ ਪੀਣੀ ਲਿਖੀ ਆ ਕੁਰਾਨ 'ਚ, ਅਤੇ ਉਹ ਕਹਿੰਦੇ ਮਨ੍ਹਾ ਆਇਆ, ਉਹ ਕਹਿੰਦਾ ਉਹ ਤੂੰ ਪੜ੍ਹ ਲਾ ਮੈਂ ਕਿਆ ਪੜ੍ਹਾਂ। ਸੋ ਸਾਡੇ ਮਨ ਅਸੀਂ ਆਪਣੇ ਤਰੀਕੇ ਨਾਲ,
ਸੋ ਦੂਜੀ ਸਾਇੰਟੀਫਿਕਲੀ ਜਿਹੜੀ ਜਿੱਥੋਂ ਤੱਕ ਮੈਨੂੰ ਪਤਾ ਸ਼ਰਾਬ ਜਿਹੜੀ ਆ ਨਾ ਇਹ ਤੁਹਾਡੇ ਦਿਮਾਗ ਦੀ ਵਰਕਿੰਗ ਜਿਹੜੀ ਆ ਨਾ ਉਹਨੂੰ ਸਲੋ ਜਾਂ ਬਹੁਤ ਘੱਟ ਕਰ ਦਿੰਦੀ ਆ। ਸੋ ਇਹ ਉਹ ਇੰਟੋਕਸੀਕੇਸ਼ਨ ਇਹਨੂੰ ਕਹਿ ਲਓ ਤੁਸੀਂ, ਤੇ ਲੇਕਿਨ ਇਹ ਆ ਕਿ ਕਿਉਂਕਿ ਤੁਹਾਡੇ ਜਦੋਂ ਆਮ ਜੀਵਨ ਦੇ ਵਿੱਚ ਨਾਰਮਲ ਬੰਦਾ ਉਹਨੇ ਕੋਈ ਗੱਲ ਕਹਿਣੀ ਹੁੰਦੀ ਆ ਤੇ ਉਹ ਸੋਚਦਾ ਹੈ ਕਿ ਕਵਾਂ ਕਿ ਨਾ ਕਵਾਂ। ਔਰ ਇਹ ਮੇਰਾ ਪਰਸਨਲੀ ਮੈਂ ਕੁਝ ਲੋਕਾਂ ਨੂੰ ਵੇਖਿਆ ਹੈ ਕਿ ਜਿਹੜੇ ਆਮ ਡਿਸਕਸ਼ਨ ਦੇ ਵਿੱਚ ਘਰ ਦਿੰਦਾ ਵਿੱਚ ਵੀ ਬਾਹਰ ਵੀ ਗੱਲ ਨਹੀਂ ਕਰ ਸਕਦੇ, ਉਹ ਜਦੋਂ ਸ਼ਰਾਬ ਪੀ ਲੈਂਦੇ ਤੇ ਉਹ ਫਿਰ ਆਪਣਾ ਸਾਰਾ ਉਹ ਜਿਹੜੀ ਹੁੰਦੀ ਹੈ ਨਾ, ਕਿਉਂਕਿ ਉਹਨਾਂ ਦਾ ਬੰਦ ਹੋ ਜਾਂਦਾ ਦਿਮਾਗ ਕੰਮ ਕਰਨਾ, ਉਹ ਫਿਰ ਸਾਰੀਆਂ ਚੀਜ਼ਾਂ ਕੱਢ ਦਿੰਦੇ। ਸੋ ਸ਼ਰਾਬ ਦੇ ਬਾਰੇ ਤੇ ਮੇਰਾ ਇਹ ਵਿਚਾਰ ਹੈ ਜੀ, ਤੇ ਬਾਕੀ ਹੈ ਕਿ ਜਿਹੜੀ ਉਹ ਗੁਰਬਾਣੀ ਦੇ ਵਿੱਚ ਤੇ ਉਹਨਾਂ ਨੇ ਉਹ ਫੇਰ ਮਨ ਦੀ ਜਾਂ ਹੋਰ ਬੜੇ ਉੱਚੇ ਜੀ ਲੈਵਲ ਦੀ ਗੱਲ ਹੈ ਜੀ, ਉਹ ਤੇ ਅਸੀਂ ਲੋਕ ਆ ਜਿਹੜੇ ਕਿ ਮਨ ਆਪਣੇ ਉਹਨੂੰ ਥੱਲੇ ਲੈ ਆ ਕੇ ਤੇ ਕਰ ਲੈਂਦੇ ਹਾਂ। ਸੋ ਸਾਧ ਨਿਰਮਲ ਸਿੰਘ ਹੋਰਾਂ ਦਾ ਬਹੁਤ ਬਹੁਤ ਧੰਨਵਾਦ ਜੀ, ਇਹਨਾਂ ਨੇ ਬਹੁਤ ਵਿਸਤਾਰ ਕਰ ਦਿੱਤਾ ਜਿਹੜਾ ਰਿਜ਼ਕ ਦੀ ਡੈਫੀਨੇਸ਼ਨ ਦਾ ਵੀ, ਤੇ ਬਹੁਤ ਸੋਹਣੇ ਤਰੀਕੇ ਨਾਲ ਦੱਸਿਆ, ਤੇ ਬਹੁਤ ਬਹੁਤ ਧੰਨਵਾਦ ਜੀ। ਬਾਕੀ ਬੁਲਾਰਿਆਂ ਨੇ ਵੀ ਬਹੁਤ ਸੋਹਣੇ ਵਿਚਾਰ ਰੱਖੇ ਜੀ, ਸਭ ਦਾ ਬਹੁਤ ਬਹੁਤ ਧੰਨਵਾਦ। ਡਾਕਟਰ ਕਾਲਾ ਸਿੰਘ ਜੀ ਫਿਰ ਤੋਂ ਡਾਕਟਰ ਸਾਹਿਬ, ਡਾਕਟਰ ਕਾਲਾ ਸਿੰਘ ਜੀ ਓਕੇ, ਸੋਰੀ 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 ਜੀ, ਸੋਰੀ ਮੈਨੂੰ ਚੇਤੇ ਹਾਂਜੀ ਧਿਆਨ ਨਹੀਂ ਰਿਹਾ। ਹਾਂ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਜਗਜੀਤ ਸਿੰਘ ਜੀ। ਜਿਹੜਾ ਸਵਾਲ ਮਨਜੀਤ ਸਿੰਘ ਹੋਣਾ ਨੇ ਪੁੱਛਿਆ ਸੀਗਾ ਉਹਦਾ ਜਿਹੜਾ ਜਵਾਬ ਨਿਰਮਲ ਸਿੰਘ ਹੋਣਾ ਨੇ ਦਿੱਤਾ ਆ, ਮੈਂ ਵੀ ਇਸੇ ਦੇ ਵਿੱਚ ਉਹੀ ਜਵਾਬ ਦੇਣਾ ਸੀਗਾ ਕਿ ਅਸੀਂ ਨਾ ਇਹਨੂੰ ਭਾਵੇਂ ਮੰਨੇ ਭਾਵੇਂ ਨਾ ਮੰਨੇ ਅਸੀਂ ਸ਼ਰਾਬ ਦੇ ਉੱਪਰ ਰਹਿ ਜਾਂਦੇ ਹਾਂ, ਪਰ ਇੱਥੇ ਸ਼ਰਾਬ ਦੀ ਗੱਲ ਨਹੀਂ ਹੋ, ਇੱਥੇ ਜੋ ਡਾਕਟਰ ਨਿਰਮਲ ਸਿੰਘ ਹੋਣਾ ਨੇ ਦੱਸਿਆ ਵਾ ਇਹ ਜਿੰਨੇ ਵੀ ਸਾਡੇ ਕਾਮ ਕ੍ਰੋਧ ਲੋਭ ਹੰਕਾਰ ਦੇ ਜਿਹੜੇ ਨਸ਼ੇ ਆ ਉਹਦੇ ਬਾਰੇ ਗੱਲ ਹੋ ਰਹੀ ਹੈ, ਇਕੱਲੇ ਸ਼ਰਾਬ ਦੇ ਬਾਰੇ ਨਹੀਂ ਹੋ ਰਹੀ। ਔਰ ਜਿਹੜਾ ਮੈਂ ਸਵਾਲ ਕੀਤਾ ਸੀਗਾ, ਮੈਂ ਸੋਚਿਆ ਸੀਗਾ ਕਿ ਮੈਂ ਐਂਡ ਦੇ ਵਿੱਚ ਜਿੱਦਾਂ ਮੈਨੂੰ ਸਮਝ ਆਉਂਦਾ ਹੈ ਵਾ ਮੈਂ ਉਸ 'ਤੇ ਕਿਸੇ ਨਾਲ ਇਹਦਾ ਜਵਾਬ ਦੇਵਾਂਗਾ, ਪਰ ਭੈਣ ਮਨਪ੍ਰੀਤ ਕੌਰ ਸਿੰਘ ਨੇ ਜਿਹੜਾ ਤਾਂ ਉਹ ਜਵਾਬ ਦਿੱਤਾ ਆ ਉਹ ਮੇਰੇ ਤੋਂ ਵੀ ਸੋਹਣੇ ਢੰਗ ਨਾਲ ਉਹਨਾਂ ਨੇ ਜਵਾਬ ਦੇ ਦਿੱਤਾ। ਔਰ ਇਸੇ ਤਰੀਕੇ ਨਾਲ ਮੈਂ ਵੀ ਕਰਨਾ ਸੀਗਾ ਕਿ ਸ਼ੁਰੂ ਤੋਂ ਲੈ ਕੇ ਵੀ ਐਸੇ ਗੁਰੂ ਨਾਨਕ ਪਾਤਸ਼ਾਹ ਕੀ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਪਿਛਲੇ ਸ਼ਲੋਕਾਂ ਦੇ ਨਾਲ, ਪੌੜੀ ਦੇ ਨਾਲ, ਅਪਰਾਸਾ ਦੀ ਵਾਰ ਦੇ ਵਿੱਚ ਸਾਰਾ ਕਿੱਦਾਂ ਇਹ ਕਿਹੜੀ ਚੀਜ਼ ਦੇ ਬਾਰੇ ਗੱਲ ਕਰ ਰਹੇ ਨੇ ਕਿ ਖਾਣਾ ਪੀਣਾ ਪਵਿੱਤਰ ਹੈ, ਕਿਹੜੇ ਕੰਟੈਕਸਟ ਵਿੱਚ ਇਹ ਗੱਲ ਹੋ ਰਹੀ ਆ। ਤੇ ਮੈਂ ਉਹਦਾ ਜੋ ਮੈਂ ਜਵਾਬ ਦੇਣਾ ਸੀਗਾ ਪਰ ਮਨਪ੍ਰੀਤ ਹੁਣ ਕਰੋਨਾ ਨੇ ਬਹੁਤ ਸੋਹਣਾ ਜਵਾਬ ਦੇ ਦਿੱਤਾ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ। ਔਰ ਮੈਂ ਇੱਕ ਗੁਜ਼ਾਰਿਸ਼ ਵੀ ਕਰਾਂਗਾ ਡਾਕਟਰ ਜਗਜੀਤ ਸਿੰਘ ਉਹਨਾਂ ਨੂੰ ਕਿ ਭੈਣ ਜੀ ਉਹਨਾਂ ਨੂੰ ਕਦੇ ਲੈ ਕੇ ਆਓ, ਇਹਨਾਂ ਦੇ ਵਿਚਾਰ ਕਿਸੇ ਟੌਪਿਕ ਦੇ ਉੱਪਰ ਸੁਣਨ ਨੂੰ ਮਿਲਣ ਤੇ ਬਹੁਤ ਅੱਛੀ ਗੱਲ ਹੋਏਗੀ। ਵਾਹਿਗੁਰੂ ਜੀ ਕਾ ਨਹੀਂ ਖਾਲਸਾ। ਦਿੰਦੇ ਆ ਜੀ, ਇਹ ਇਹਨਾਂ ਨੂੰ ਰਿਕੁਐਸਟ ਜਦੋਂ ਕਰੀ ਦੀ ਹੈ ਤਿਆਰ ਕਰਕੇ ਟੌਪਿਕ ਆਉਂਦੇ ਆ। ਹਾਂਜੀ, ਇਹਨਾਂ ਨੂੰ ਫਿਰ ਕਦੇ ਲੈ ਕੇ ਆਓ ਤਾਂ ਕਿ ਇਹਨਾਂ ਦੇ ਹਾਂਜੀ ਵਿਚਾਰ ਫਿਰ ਸੁਣਨ ਨੂੰ ਕਰਨਗੇ, ਮਿਲੇ। ਹਾਂਜੀ ਭੈਣ ਜੀ ਨੂੰ ਖਾਲਸਾ, ਰਿਕੁਐਸਟ ਕਰ ਦਿੰਦੇ। ਹਾਂਜੀ ਠੀਕ ਹੈ ਜੀ। ਡਾਕਟਰ ਸਰਬਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵੀਰ ਜੀ ਨੇ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਇਹ ਵਿਸ਼ਾ ਸ਼ੁਰੂ ਕੀਤਾ ਸੀਗਾ। ਇਹਦੇ ਵਿੱਚ ਗੁਰੂ ਮਹਾਰਾਜ ਨੇ ਦੋ ਸ਼ਰਾਬਾਂ ਦੀ ਗੱਲ ਕੀਤੀ ਹੈਗੀ ਆ, ਇੱਕ ਸ਼ਰਾਬ ਦੀ ਗੱਲ ਨਹੀਂ ਕੀਤੀ ਹੈਗੀ। ਇੱਕ ਹੈਗਾ ਮਾਨਸ ਭਰਿਆ ਆਣਿਆ, ਅਸੀਂ ਕੁਦਰਤ ਦੇ ਤੌਰ ਤੇ ਆਉਨੇ ਹੈਗੇ ਇਸ ਦੁਨੀਆ ਵਿੱਚ, ਔਰ ਉਦੋਂ ਅਸੀਂ ਲੈ ਕੇ ਆਨੇ ਹੈਗੇ ਆ ਉਹ ਸ਼ਰਾਬ ਹੈਗੀ ਆ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ। ਇੱਕ ਮਾਨਸ ਭਰਿਆ ਆਏ,
ਜਦੋਂ ਅਸੀਂ ਆਪ ਸ਼ਰਾਬ ਜਿਹੜੀ ਹੈਗੀ ਦੁਕਾਨ ਦੀ ਬੋਤਲ ਲੈ ਕੇ ਆਉਂਦੇ ਹਾਂ ਉਹ ਪੀਂਦੇ ਹੈਗੇ। ਇੱਥੇ ਗੁਰੂ ਮਹਾਰਾਜ ਨੇ ਦੋਵਾਂ ਸ਼ਰਾਬਾਂ ਦੀ ਗੱਲ ਕੀਤੀ ਹੈਗੀ ਆ, ਔਰ ਦੋਵਾਂ ਸ਼ਰਾਬਾਂ 'ਚ ਹੀ ਹੁੰਦਾ ਵਾ ਜਿੱਤ ਪੀਤੇ ਮਤ ਦੂਰ ਹੋਏ ਬਰਲ ਪਵੇ ਵਿੱਚ ਆਏ। ਜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਆ ਗਿਆ ਉਹਨੇ ਵੀ ਸਾਡੇ ਮਨ 'ਤੇ ਅਸਰ ਕਰਨਾ ਹੈਗਾ ਵਾ, ਔਰ ਜੇ ਬਾਹਰਲੀ ਸ਼ਰਾਬ ਪੀ ਲਈ ਹੈਗੀ ਉਸਨੇ ਵੀ ਅਸਰ ਕਰਨਾ ਹੈਗਾ। ਆਪਣਾ ਪਰਾਇਆ ਨਾ ਪਛਾਣੇ ਖਸਮੋ ਧੱਕੇ ਕਾਏ, ਦੋਵੇਂ ਕੇਸਿਸ ਵਿੱਚ ਆਪਣਾ ਪਰਾਇਆ ਨਹੀਂ ਉਹ ਪਛਾਣਦੇ ਹੈਗੇ। ਤੁਸੀਂ ਵੇਖ ਲਓ ਜਿਹੜੇ ਹੈਗੇ ਲੋਭ 'ਚ ਆ ਜਾਂਦੇ ਹੈਗੇ ਆ, ਕਈ ਵਾਰੀ ਆਪਣੇ ਮਾਂ ਪਿਓ ਰਿਸ਼ਤੇਦਾਰਾਂ ਦਾ ਵੀ ਕਤਲ ਕਰ ਦਿੰਦੇ ਹੈਗੇ ਆ, ਦੋਵੇਂ ਕੇਸਿਸ ਹੈਗੇ ਆ। ਔਰ ਸ਼ਰਾਬੀ ਆਦਮੀ ਵੀ ਜਿਹੜਾ ਹੈਗਾ ਵਾ ਉਹ ਦੋਵੇਂ ਕੇਸਿਸ ਜਿਹੜਾ ਹੈਗਾ ਉਹ ਕਰ ਦਿੰਦਾ ਹੈਗਾ ਵਾ, ਉਹਨੂੰ ਪਤਾ ਨਹੀਂ ਹੁੰਦਾ ਮੈਂ ਕਿਹਦਾ ਕਤਲ ਕਰਦਾ ਹੈਗਾ। ਇਸੇ ਕਰਕੇ ਗੁਰੂ ਮਹਾਰਾਜ ਕਹਿੰਦੇ ਹੈਗੇ ਆ, ਝੂਠਾ ਮਦ ਮੂਲ ਨਾ ਪੀਚੀ ਜੇ ਕਾ ਪਾਰ ਵਸਾਏ। ਗੁਰੂ ਮਹਾਰਾਜ ਨੇ ਦੋਵਾਂ ਸ਼ਰਾਬਾਂ ਦੀ ਮਨਾਹੀ ਕੀਤੀ ਹੈਗੀ ਆ, ਕਿਉਂਕਿ ਦੋਵਾਂ ਸ਼ਰਾਬਾਂ ਨਾਲ ਬਰਬਾਦੀ ਹੈਗੀ ਆ। ਹਾਂ, ਇਹਨਾਂ ਦੋਵਾਂ ਸ਼ਰਾਬਾਂ 'ਚ ਇੱਕ ਫਰਕ ਹੈਗਾ ਵਾ, ਜਿਹੜਾ ਹੈਗਾ ਜਿਹਦੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਆ ਗਿਆ, ਜਿੰਨੀ ਦੇਰ ਲੱਗੇ ਰਹੋ ਈਜ਼ੀਲੀ ਨਹੀਂ ਜਾਂਦਾ, ਜੇ ਜਿੰਨੀ ਦੇਰ ਗੁਰਦਨ ਗਿਆਨ ਨਾ ਹੋਏ ਨਹੀਂ ਹੁੰਦਾ। ਲੇਕਿਨ ਸ਼ਰਾਬੀ ਨੇ ਅਗਰ ਸ਼ਰਾਬ ਪੀ ਲਈਏ ਮੂੰਹ 'ਤੇ ਚਪੇੜ ਮਾਰ ਦਿਓ ਤਾਂ ਉਹਦੀ ਕਈ ਵਾਰੀ ਨਸ਼ਾ ਵੀ ਉਤਰ ਜਾਂਦਾ ਹੈਗਾ ਵਾ, ਇਹ ਥੋੜ੍ਹਾ ਨਾ ਇਹਨਾਂ ਦੋਵਾਂ 'ਚ ਫਰਕ ਹੈਗਾ ਵਾ। ਇਸ ਕਰਕੇ ਗੁਰੂ ਮਹਾਰਾਜ ਅੱਗੇ ਕਹਿੰਦੇ ਹੈਗੇ ਆ, ਨਾਨਕ ਨਦਰੀ ਸੱਚ ਮਦ ਪਾਈਏ ਸਤਿਗੁਰ ਮਿਲੇ ਜਿਸ ਆਏ। ਔਰ ਗੁਰੂ ਜਿਹੜਾ ਹੈਗਾ ਇਹਨਾਂ ਦੋਵਾਂ ਸ਼ਰਾਬਾਂ ਦੀ ਮਨਾਹੀ ਕਰਦਾ ਵਾ, ਇੱਕ ਸ਼ਰਾਬ ਦੀ ਮਨਾਹੀ ਨਹੀਂ ਕਰਦਾ। ਸਦਾ ਸਾਹਿਬ ਕੇ ਰੰਗ ਰਹੇ ਮੈਲੀ ਪਾਵੇ ਥਾਂ, ਫਿਰ ਉਹ ਸਦਾ ਜਿਹੜਾ ਆਪਣੇ ਜੀਵਨ 'ਚ ਆਨੰਦ ਪਾ ਸਕਦਾ ਵਾ, ਸ਼ਰਾਬੀ ਦਾ ਪਰਿਵਾਰ ਵੀ ਬਰਬਾਦ ਨਹੀਂ ਹੋਏਗਾ, ਔਰ ਅਗਰ ਕਾਮ ਕ੍ਰੋਧ ਲੋਭ ਮਾਲਾ ਹੈਗਾ ਤਾਂ ਉਹ ਆਪਣਾ ਪਰਿਵਾਰ ਵੀ ਅਤੇ ਸੰਸਾਰ ਜਿਹੜਾ ਹੈਗਾ ਵਾ ਦੋਵੇਂ ਬਰਬਾਦ ਕਰਨ ਤੋਂ ਲੋੜ ਸਕਦਾ। ਇਸ ਕਰਕੇ ਇਹਦੇ ਵਿੱਚ ਦੋਵਾਂ ਸ਼ਰਾਬਾਂ ਦੀ ਗੱਲ ਕੀਤੀ ਗਈ ਆ, ਇੱਕ ਕੁਦਰਤੀ ਸ਼ਰਾਬ ਹੈਗੀ ਆ ਜਿਹੜੀ ਕਾਮ ਕ੍ਰੋਧ ਲੋਭ ਮੋਹ ਦੀ ਮਾਨਸ ਭਰਿਆ ਆਉਣੇ ਵਾਲੀ ਹੈਗੀ ਆ, ਔਰ ਦੂਸਰੀ ਹੈਗੀ ਆ ਜਦੋਂ ਅਸੀਂ ਜਿਹੜੇ ਹੈਗੇ ਦੁਕਾਨਾਂ 'ਤੇ ਜਾਂਦੇ ਹੈਗੇ ਆ ਮਾਨਸ ਭਰਿਆ ਆਏ। ਇਹ ਦੋਵਾਂ ਸ਼ਰਾਬਾਂ ਦੀ ਗੁਰੂ ਮਹਾਰਾਜ ਨੇ ਮਨਾਹੀ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਥੈਂਕ ਯੂ ਡਾਕਟਰ ਸਾਹਿਬ ਕਲੈਰੀਫਾਈ ਕਰਨ ਲਈ। ਪ੍ਰੋਫੈਸਰ ਗੁਰਚਰਨ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਸਟੇਟਮੈਂਟ ਮੈਂ ਥੋੜ੍ਹਾ ਫਿਰ ਰਿਵਾਈਜ਼ ਕਰਨਾ ਚਾਹੁੰਦਾ ਹਾਂ। ਮਨ ਦੀ ਗੱਲ ਹੋ ਰਹੀ ਹੈ ਨਾ, ਫਿਰ ਨੋਟ ਕਰੋ, ਸਤਿਗੁਰੂ ਨੇ ਮਨ ਨੂੰ 5443 ਟਾਈਮ ਪਲੱਸ 2000 ਟਾਈਮ ਇਨਡਾਇਰੈਕਟ ਜਿਹੜਾ ਹੈ ਗੱਲ ਕੀਤੀ ਹੈਗੀ ਆ। ਸੈਕਿੰਡ, ਜਦੋਂ ਸਰੀਰ ਦੀ ਗੱਲ ਹੈ, ਉੱਥੇ ਸਰੀਰ ਦਾ, ਦੇਹ ਦਾ, ਕਾਇਆ ਦਾ ਤੇ ਬਾਡੀ ਦੇ ਆਰਗਨ ਦਾ ਨਾਂ ਲਿਖਿਆ ਹੋਇਆ। ਥਰਡ ਹੈ ਵੀ ਬਹੁਤ ਥੋੜੇ ਸ਼ਬਦ ਹਨ, ਬਹੁਤ ਥੋੜੇ ਸ਼ਬਦ ਹਨ ਜਿਹੜੇ ਮਨ ਦੇ ਤਲ ਤੇ ਵੀ ਸਾਨੂੰ ਪਰਖ ਕੇ ਟੁਕਾਣੇ ਹਨ, ਤੇ ਉਹ ਸ਼ਬਦ ਸਰੀਰ ਦੇ ਤਲ ਤੇ ਵੀ ਉਹ ਟੁਕਦਾ ਹੈ, ਇਹ ਵੀ ਧਿਆਨ ਰੱਖ ਕੇ ਚੱਲਣਾ ਹੋਏਗਾ। ਪਰ ਉਹ ਥੋੜੇ ਸ਼ਬਦ ਹਨ, ਇਹ ਦੋਨਾਂ ਚੀਜ਼ਾਂ ਨੂੰ ਨਾ ਹਮੇਸ਼ਾ ਸਾਹਮਣੇ ਰੱਖੋ। ਇਹ ਨਹੀਂ ਕਿ ਜੇ ਇੱਕ ਮਨ ਤੇ ਟੁੱਕਦਾ ਤਾਂ ਸਰੀਰ ਤੇ ਨਹੀਂ ਟੁੱਕੇਗਾ, ਪਰ ਉਹ ਰੈਫਰੈਂਸ ਟੂ ਦਾ ਕੰਟੈਕਸਟ ਦੇਖ ਕੇ ਥੋੜੇ ਸ਼ਬਦ ਹਨ ਅਗੇਨ, ਤੇ ਉਹ ਮਨ ਔਰ ਸਰੀਰ ਤੇ ਵੀ ਟੁੱਕਦੇ ਹਨ। ਜਿਹੜੇ ਅੱਜ ਸ਼ਬਦ ਕਈ ਪੜੇ ਗਏ ਹਨ, ਵੀਰਾਂ ਨੇ ਵੀ ਗੱਲਬਾਤ ਕੀਤੀ ਹੈ, ਤਾਂ ਉਹ ਉਹਨਾਂ ਚ ਬਹੁਤ ਸਾਰੇ ਸ਼ਬਦ ਦੋਨੋਂ ਪਾਸੇ ਟੁੱਕਦੇ ਹਨ। ਧੰਨਵਾਦ ਜੀ, ਮਿਹਰਬਾਨੀ। ਥੈਂਕ ਯੂ ਜੀ। ਬਲਵੰਤ ਸਿੰਘ ਜੀ, ਬਲਵੰਤ ਸਿੰਘ। ਹਾਂਜੀ ਭਾਈ ਖਾਲਸਾ, ਭਾਈ ਫਤਿਹ ਜੀ, ਭਾਈ ਨਿਰਮਲ ਸਿੰਘ ਜੀ, ਭਾਈ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੁਸੀਂ ਵਿਸਥਾਰ ਦੇ ਨਾਲ ਜਿਹੜੀ ਸਾਡੀ ਜਾਗ੍ਰਿਤੀ ਨੂੰ ਵਧਾਇਆ, ਅਤੇ ਮੈਂ ਤਾਂ ਇੱਕੋ ਹੀ ਆ, ਪਹਿਲਾਂ ਜਿਹੜੇ ਚੱਲ ਰਿਹਾ ਸੀਗਾ ਮਦ ਦੀ ਗੱਲ ਕਰਦੇ ਹਾਂ, ਤੀਜੇ ਪਾਤਸ਼ਾਹੀ ਦਾ ਸ਼ਬਦ ਆ ਜਿਹੜਾ, ਉਹਦੇ 'ਤੇ ਵਿਚਾਰ ਆ। ਮੈਨੂੰ ਲੱਗਦਾ ਵੀ ਇਹ ਮਦ ਆ ਜਿਹੜਾ ਸਾਡਾ ਆਪਣਾ ਪੀਤਾ ਹੋਇਆ, ਅਤੇ ਇਹਨੂੰ ਮਦ ਹੀ ਸਮਝ ਚਾਹੀਦਾ। ਸ਼ਰਾਬ ਹੀ ਸਾਨੂੰ ਆਪਦੇ ਮਨ ਦੇ ਵਿੱਚ ਰੱਖਣੀ ਚਾਹੀਦੀ ਹੈ ਵੀ ਸ਼ਬਦ ਜਿਹੜੇ ਸ਼ਰਾਬ ਪੀਣਗੇ, ਬਾਹਲੇ ਪੀ ਜਾਣਗੇ, ਲਿਮਿਟ ਤੋਂ ਉੱਤੇ ਚਲੇ ਜਾਣਗੇ, ਉਹ ਮਤ ਉਹਨਾਂ ਦੀ ਦੂਰ ਹੋ ਜਾਂਦੀ ਹੈ, ਹੁੰਦੀ ਦੇਖੀ ਵੀ ਹੈ। ਅਤੇ ਦੂਜੀ ਜਿਹੜੀ ਕਾਮ ਕ੍ਰੋਧ ਲੋਭ ਮੋਹ ਦੇ ਹੰਕਾਰ ਦੀ ਜਿਹੜੀ ਹੈ ਸ਼ਰਾਬ ਹੈ,
ਉਹ ਤਾਂ ਹਰੇਕ ਦੇ ਵਿੱਚ ਹੈ, ਕੋਈ ਉਹਨੂੰ ਜੇ ਕਿਸ ਤਰ੍ਹਾਂ ਜਿਹੜਾ ਸਾਡਾ ਗੁਰੂ ਸਾਹਿਬ ਨੇ ਸਾਨੂੰ ਭੇਜਿਆ ਇੱਥੇ ਆਪਣਾ ਮਨ ਦੇ ਕੇ ਉਹ ਚੰਗੇ ਫੈਸਲੇ ਕਰਦਾ ਜਾਂ ਮਾੜੇ ਆ, ਉਹ ਸ਼ਰਾਬ ਹੋਰ ਆ। ਸੋ ਇਹ ਸ਼ਰਾਬ ਨੂੰ ਅਸੀਂ ਸ਼ਰਾਬ ਹੀ ਕਹਿਣਾ ਚਾਹੀਦਾ, ਇਹ ਤੋਂ ਸੰਕੋਚ ਨਹੀਂ ਕਰਨਾ ਚਾਹੀਦਾ। ਦਿਸ ਇਜ਼ ਬੈਡ, ਦਿਸ ਇਜ਼ ਬੈਡ, ਦਿਸ ਇਜ਼ ਬੈਡ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ ਜੀ। ਠੀਕ ਹੈ ਕਰਨਲ ਸਾਹਿਬ, ਫਿਰ ਤੋਂ ਬਰੀਫ ਜਿਹਾ ਰੱਖਣਾ। ਥੈਂਕ ਯੂ ਜੀ ਦੁਬਾਰਾ ਟਾਈਮ ਦੇਣ ਵਾਸਤੇ। ਮੈਂ ਸਿਰਫ ਡਾਕਟਰ ਸਰਬਜੀਤ ਸਿੰਘ ਜੀ ਦੀ ਗੱਲ ਦੇ ਉੱਤੇ ਥੋੜ੍ਹੀ ਜਿਹੀ ਆਪਣੀ ਅਨੁਭਵ ਦਿਆਂਗਾ ਕਿ ਉਹਨਾਂ ਨੇ ਠੀਕ ਸ਼ਬਦ ਵਿੱਚ ਜਾਂ ਸਾਰੇ ਸ਼ਬਦਾਂ ਵਿੱਚ, ਜਿੱਦਾਂ ਪਹਿਲਾਂ ਵੀ ਅਸੀਂ ਡਿਸਕਸ ਕੀਤਾ, ਸਿਮਲੀਜ਼ ਐਗਜ਼ਾਮਪਲਸ ਨੇ, ਅਗਰ ਇੱਥੇ ਗੱਲ ਕੀਤੀ ਜਾ ਰਹੀ ਹੈ ਕਿ ਯੈਸ ਦੁਨਿਆਵੀ ਜਦੋਂ ਆਉਂਦਾ ਆ ਉਹ ਜਾਂ ਉਹ ਲੈ ਉਹਨੂੰ ਬਾਹਰੋਂ ਠੇਕੇ ਤੋਂ ਮਿਲ ਜਾਂਦੀ ਹੈ ਜਾਂ ਆਪ ਬਣਾ ਲੈਂਦਾ, ਯੈਸ ਉਹ ਸ਼ਰਾਬ ਦੀ ਗੱਲ ਹੈ, ਔਰ ਉਹ ਅਸੀਂ ਦੇਖ ਰਹੇ ਹਾਂ ਉਹ ਦੁਨੀਆਂ ਸੰਸਾਰ ਵਿੱਚ ਚੱਲ ਰਿਹਾ ਹੈ ਜਿਹਦੀ ਗੁਰਬਾਣੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਜਦੋਂ ਉਹ ਚਿੱਤਰ ਵਿਆਖਿਆ ਕਰਦੇ ਆ, ਬਾਬਰ ਬਾਣੀ ਜਿਹਨੂੰ ਕਹਿੰਦੇ ਆ, ਬਾਬਰ ਦੇ ਵੇਲੇ ਜਾਂ ਘਟਨਾਵਾਂ ਨੂੰ ਬਿਆਨ ਕਰਦੇ ਆ, ਉਹ ਤੁਹਾਡੇ ਸਾਹਮਣੇ ਚਿੱਤਰ ਆ ਜਾਂਦਾ, ਉਹ ਇੱਕ ਪਿਕਚਰ ਵਾਂਗ ਤੁਹਾਡੇ ਉਹ ਸੀਨ ਆ ਜਾਂਦਾ ਆ। ਇਹ ਵੀ ਇੱਦਾਂ ਅਗਰ ਸ਼ਰਾਬ ਦਾ ਜਾਂ ਉਹਨੂੰ ਉਸ ਪਾਸੇ ਲਾ ਕੇ, ਲੇਕਿਨ ਅਸੀਂ ਇਹਨਾਂ ਦੇ ਸਾਰੇ ਸਮਝਦੇ ਹਾਂ ਕਿ ਗੁਰਬਾਣੀ ਦੁਨਿਆਵੀ ਚੀਜ਼ਾਂ ਇਹਨਾਂ ਚੀਜ਼ਾਂ ਦੀ ਸਿਮਲੀ ਉਹਨਾਂ ਨੂੰ ਕੰਡੈਮ ਕੀਤਾ ਆ ਕਿ ਇਹ ਯੈਸ ਜਿੱਦਾਂ ਉਹਦਾ ਬੁਰਾ ਅਸਰ ਹੁੰਦਾ ਸਰੀਰ 'ਤੇ, ਇੱਦਾਂ ਹੀ ਮਨ ਦੇ ਉੱਤੇ ਤੁਹਾਡਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਜੋ ਵਾਈਸਿਸ ਨੇ ਜਾਂ ਜਿਹੜਾ ਰਿਜ਼ਕ ਮਾੜਾ ਰਿਜ਼ਕ ਜਿਹੜਾ ਅਸੀਂ ਲੈ ਲੈਂਦੇ ਹਾਂ ਹੋਮਾਂ ਦਾ, ਸਰਦਾਰ ਸਾਹਿਬ ਨੇ ਬਹੁਤ ਡਿਟੇਲ 'ਚ ਐਕਸਪਲੇਨ ਕੀਤਾ ਨਿਰਮਲ ਸਿੰਘ ਜੀ ਨੇ, ਉਹ ਹੋਮਾਂ ਦਾ ਜਿਹੜਾ ਰਿਜ਼ਕ ਆ ਉਹ ਸਾਨੂੰ ਕਿਤੇ ਨਾ ਕਿਤੇ ਖਰਾਬ ਕਰਦਾ, ਜਿਵੇਂ ਦੁਨਿਆਵੀ ਪਦਾਰਥ ਸਾਡੇ ਸਰੀਰ ਨੂੰ ਸਰੀਰ ਨੂੰ, ਲੇਕਿਨ ਉਹ ਵੀ ਫੇਰ ਕੰਟਰੋਲ ਕਿਨ ਕਰਨਾ, ਮਨ ਨੇ ਆ ਖਾ ਆ ਨਾ ਖਾ, ਅਸੀਂ ਸ਼ਰਾਬ ਨੂੰ ਹੀ ਦੋਸ਼ ਦੇਈ ਜਾਈਏ ਤੇ ਮੇਰੇ ਖਿਆਲ 'ਚ ਅਸੀਂ ਕਿਤੇ ਨਾ ਕਿਤੇ ਭੁੱਲ ਕਰ ਰਹੇ ਹਾਂ, ਗੁਰਬਾਣੀ ਤੋਂ ਦੂਰ ਜਾ ਰਹੇ ਹਾਂ। ਦੂਸਰਾ ਜੀ, ਮੈਂ ਡਾਕਟਰ ਕਾਲਾ ਸਿੰਘ ਜੀ ਨਾਲ ਬਹੁਤ ਆਈ ਸੈਕਿੰਡ ਹਿਜ਼ ਓਪੀਨੀਅਨ ਕਿ ਭੈਣ ਜੀ ਨੂੰ ਮਨਪ੍ਰੀਤ ਜੀ ਨੂੰ ਲਿਆਓ, ਉਹ ਆਪਣਾ ਟੌਪਿਕ ਲੈ ਕੇ ਆਉਣ। ਮੈਨੂੰ ਤਾਂ ਪਹਿਲੇ ਦਿਨ ਸੁਣਿਆ, ਬਹੁਤ ਚਾਨਣਾ ਪਾਇਆ, ਇੰਨਾ ਗਿਆਨਵਾਨ ਭੈਣ ਜੀ ਸਾਡੇ ਵਿੱਚ ਬੈਠੇ ਨੇ, ਮੈਂ ਤੇ ਧੰਨ ਹੋ ਗਿਆ ਉਹਨਾਂ ਦੀ ਸੁਣ ਕੇ। ਥੈਂਕ ਯੂ ਵੈਰੀ ਮੱਚ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀ, ਜੋ ਸ਼ਰਾਬ ਜਿਹੜੀ ਹੈਗੀ ਆ, ਮੈਂ ਆਪਣੀ ਜਿੰਦਗੀ ਵਿੱਚ ਬਹੁਤ ਪੀਤੀ ਆ ਤੇ ਔਰ ਬਹੁਤ ਧੱਕੇ ਖਾਧੇ ਆ, ਇਹਦੇ ਨਾਲ ਦੀ ਮਾੜੀ ਚੀਜ਼ ਮੈਨੂੰ ਨੀ ਦੁਨੀਆਂ ਦੇ ਵਿੱਚ ਦਿਸਦੀ, ਜਿਹੜੀ ਇਹ ਸ਼ਰਾਬ ਆ। ਪੀ ਲੈਂਦਾ ਬੰਦਾ ਜਦੋਂ ਜ਼ਿਆਦੇ ਉਹ ਕੰਮ ਕਰਦਾ ਆ ਜਿਹੜੇ ਨਹੀਂ ਕਦੀ ਵੀ ਕਰਨੇ, ਜਾਂ ਕੁੱਤੇ ਜਾਂ ਖੋਤੇ ਜਾਂ ਭੈੜੀ ਦੇ ਭੈੜੇ ਜਿਹੜੇ ਜਾਨਵਰ ਕਰ ਜਾਂਦੇ, ਉਹ ਬੰਦਾ ਕੰਮ ਕਰ ਜਾਂਦਾ ਸ਼ਰਾਬ ਦੇ ਨਾਲ, ਇੰਨੀ ਇਹ ਖਰਾਬ ਚੀਜ਼ ਆ। ਪਰ ਮੈਂ ਕਾਟਨਾ ਦੇ ਕਾਟਨ ਲਿਆ ਕੇ ਪੀਂਦਾ ਰਿਹਾ, ਕਿਸੇ ਦੇ ਘਰ ਜਾਣਾ ਹੁੰਦਾ ਸੀ ਤੇ ਆਪਣੇ ਕੋਲੋਂ ਲੈ ਕੇ ਜਾਣੀ, ਵੀ ਇਹ ਨੀ ਵੀ ਅਗਲਾ ਲਿਆ ਕੇ ਰੱਖੇ ਜਾਂ ਨਾ ਰੱਖੇ। ਜਦੋਂ ਇਹ ਛੱਡੀ ਆ, ਅੱਜ ਤੋਂ 30 ਸਾਲ ਹੋ ਗਏ ਛੱਡੀ ਨੂੰ, 30-35 ਸਾਲ, ਮੇਰੇ ਭਾਈ ਸਾਹਿਬ ਇੰਡੀਆ ਤੋਂ ਇੱਥੇ ਆਏ ਸੀ ਤੇ ਉਹਨਾਂ ਨੇ, ਮੇਰਾ ਇੱਕ ਫਰੈਂਡ ਪੰਡਿਤ ਆ ਸੁਰਿੰਦਰ ਸਿੰਘ ਤੇ ਪਿੱਛੋਂ ਬਠੱਡਿਆਂ ਦੇ ਆ, ਉਹਨਾਂ ਨੂੰ ਉਹਨਾਂ ਨੇ ਕਿਹਾ ਵੀ ਪਾਲ ਸਿੰਘ ਦੀ ਸ਼ਰਾਬ ਛਡਾਉਣੀ ਆ।
ਤੇ ਉਹਨਾਂ ਨੇ ਮੈਨੂੰ ਕਿਹਾ ਪਾਲ ਸਿੰਘ ਤੇਰਾ ਨੁਕਸਾਨ ਹੋਏਗਾ ਤਾਂ ਅਸੀਂ ਭਰਾਂਗੇ, ਜੇ ਫਾਇਦਾ ਹੋਏਗਾ ਤਾਂ ਉਹ ਤੇਰਾ। ਤੇ ਵੀ ਇੱਕ ਵਾਰੀ ਹੱਥ ਖੜੇ ਕਰਦੇ, ਸਾਨੂੰ ਪਤਾ ਤੂੰ ਮੁੜ ਕੇ ਨੇੜੇ ਨਹੀਂ ਜਾਊਂਗਾ। ਪਿਆਰੀ ਸਾਧ ਸੰਗਤ ਜੀ, ਮੇਰੀਆਂ ਅੰਦਰੋਂ ਤਾਹਾਂ ਨਿਕਲ ਗਈਆਂ ਵੀ ਭਰਾ ਨੇ ਤਾਂ ਚਲੋ ਕਹਿਣਾ ਹੀ ਕਹਿਣਾ ਆ, ਇਹ ਮੇਰਾ ਫਰੈਂਡ ਆ, ਇਹ ਵੀ ਚਾਹੁੰਦਾ ਆ। ਪਿਆਰੀ ਸਾਧ ਸੰਗਤ ਜੀ ਹੱਥ ਖੜੇ ਕੀਤੇ, ਸ਼ਰਾਬ ਦੇ ਬਥੇਰੇ ਕਾਰਟਨ ਪਏ ਸੀ ਉਹ ਵੰਡ ਦਿੱਤੇ, ਮੁੜ ਕੇ ਸ਼ਰਾਬ ਦੇ ਨੇੜੇ ਨਹੀਂ ਗਏ। ਮੈਂ ਤਾਂ ਇਹੀ ਕਹਾਂਗਾ ਜਿਹੜਾ ਵੀ ਕੋਈ ਪੀਂਦਾ ਆ, ਇਹ ਤੋਂ ਜਿੰਨਾ ਬਚ ਸਕਦਾ ਉਨਾ ਬਚੇ। ਜੇ ਕਿਸੇ ਨੇ ਦਵਾਈ ਲੈਣੀ ਆ ਤਾਂ ਇਹ ਗੁਰਬਾਣੀ ਨੂੰ ਲਵੇ, ਗੁਰਬਾਣੀ ਜੇ ਨਹੀਂ ਪੜ੍ਹ ਸਕਦਾ, ਸੁਣੇ, ਮੈਂ ਪੜ੍ਹ ਨਹੀਂ ਸੀ ਸਕਦਾ, ਮੈਂ ਸੁਣੇ ਆਈ ਆ, ਪਹਿਲਾਂ ਸੁਣ ਕੇ ਬਾਅਦ ਪੜ੍ਹਨ ਸ਼ੁਰੂ ਕੀਤਾ, ਰੀਲਾਂ ਲਾ ਲਾ ਕੇ। ਹੁਣ ਵੀ ਮੈਂ ਭਾਈ ਸਾਹਿਬ ਸਿੰਘ ਜਿਹੜੇ ਮਾਰਕੰਡੇ ਵਾਲੇ ਆ ਉਹਨਾਂ ਦਾ ਟੀਕਾ ਲਾ ਲਾ ਕੇ ਆਪਣੀ ਬਾਣੀ ਦੀ ਕਰ ਰਿਹਾ, ਜਿੱਥੋਂ ਗਲਤ ਬੋਲਦਾ ਸਹੀ ਬੋਲਣ ਲਈ ਪਿਆਰੀ ਸਾਧ ਸੰਗਤ ਜੀ। ਇਸ ਲਈ ਮੈਂ ਮਾਫ਼ੀ ਚਾਹੁੰਦਾ ਆ ਜੇ ਕੁਛ ਐਸਾ ਵੈਸਾ ਬੋਲ ਗਿਆ ਹੋਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ। ਕਰਨੈਲ ਸਿੰਘ ਜੀ ਪਲੀਜ਼। ਜਿਹੜਾ ਅੰਮ੍ਰਿਤਸਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਗੁਰਮੁਖ ਪਿਆਰਿਆਂ ਨੂੰ, ਰਿਜ਼ਕ ਦੀ ਗੱਲ ਹੋ ਰਹੀ ਹੈ, ਸਸਟੀਨੈਂਸ। ਹੁਣ ਅਸੀਂ ਐਕਚੁਅਲੀ ਹੈ ਕੀ ਆ, ਸਾਡੀ ਬਾਡੀ ਹੈ ਤੇ ਉਹਦੇ ਵਿੱਚ ਉਹਨੂੰ ਕੰਟਰੋਲਰ ਹੈ ਜਿਹੜਾ, ਉਹਦਾ ਹੁਕਮੀ ਹੈ, ਉਹ ਸਾਡਾ ਮਨ ਹੈ। ਤੇ ਦੋਨਾਂ ਦੀ ਅਲੱਗ ਅਲੱਗ ਖੁਰਾਕ ਹੈ, ਸਸਟੀਨੈਂਸ ਹੈ। ਜਿਵੇਂ ਗੁਰੂ ਸਾਹਿਬ ਨੇ ਕਿਹਾ ਹੈ ਕਿ ਮਨ ਕਾ ਤੋਸਾ ਹਰ ਨਾਮ ਹੈ, ਹਿਰਦੇ ਰੱਖੋ ਸੰਭਾਲ। ਜਿਹੜਾ ਤੋਸਾ ਹੈ ਉਹ ਆਪਾਂ ਪੁਰਾਣੇ ਜ਼ਮਾਨੇ 'ਚ ਰਾਹਦਾਰੀ ਜਿਸ ਤਰ੍ਹਾਂ ਹੁੰਦੀ ਹੈ, ਸਫ਼ਰ ਖਰਚਾ, ਜਿਹੜਾ ਮਨ ਦੀ ਖੁਰਾਕ ਹੈ ਉਹ ਸਾਡਾ ਹਰ ਨਾਮ ਹੈ, ਰੱਬੇ ਨਾਮ। ਤੇ ਜਿਹੜੀ ਸਾਡੀ ਬੋਡੀ, ਦੋਨਾਂ ਦੀ ਹੀ ਇੰਪੋਰਟੈਂਸ ਹੈ। ਗੁਰੂ ਸਾਹਿਬ ਨੇ ਦੋਨਾਂ ਦਾ ਹੀ ਬਾਰੇ ਹੀ ਸਾਨੂੰ ਸਿੱਖਿਆ ਦਿੱਤੀ ਹੋਈ ਹੈ। ਜਿੱਥੇ ਮਨ ਦਾ ਤੋਸਾ ਹਰ ਨਾਮ ਹੈ, ਉੱਥੇ ਸਾਡੀ ਬੋਡੀ ਬਾਰੇ ਵੀ ਅਸੀਂ ਇਗਨੋਰ ਨਹੀਂ ਕਰ ਸਕਦੇ, ਕਿਉਂਕਿ ਮਨ ਕਿਤੇ, ਜੇ ਤੁਹਾਡੀ ਬੋਡੀ ਕਮਜ਼ੋਰ ਹੈ, ਤਨ ਰੋਗੀ ਹੈ, ਤੇ ਉਹ ਮਨ ਵੀ ਫਿਰ ਦੋਨਾਂ ਦਾ ਇੰਟਰਰਿਲੇਟਡ ਹੈ। ਹੈਲਥ ਇਫੈਕਟ ਯੂਅਰ ਮੈਂਟਲ ਹੈਲਥ ਇਫੈਕਟ ਯੂਅਰ ਫਿਜ਼ੀਕਲ ਹੈਲਥ ਐਂਡ ਵਾਈਸ ਵਰਸਾ, ਦੋਨਾਂ ਹੀ ਹੈ। ਹੁਣ ਸਾਡਾ ਜਿਹੜਾ ਤਨ ਹੈ, ਇਹਨੂੰ ਵੀ ਜੀਵਿਤ ਰਹਿਣ ਲਈ ਰੋਟੀ, ਕੱਪੜਾ, ਮਕਾਨ, ਹੈਲਥ ਕੇਅਰ ਸਭ ਦੀ ਜ਼ਰੂਰਤ ਹੈ। ਤੇ ਰੱਬ ਨੇ ਉਸ ਦਾ ਵੀ ਸਸਟੀਨੈਂਸ, ਰਿਜ਼ਕ ਪ੍ਰੋਵਾਈਡ ਕੀਤਾ ਹੋਇਆ ਹੈ। ਐਵੇਂ ਖਿੱਚ ਧੂ ਕੇ ਅਸੀਂ ਹਰ ਇੱਕ ਗੱਲ ਨੂੰ ਉਹ ਮਨ ਨਾਲ ਵੀ ਨਾ ਲੈ ਲਈਏ, ਜਿਸ ਤਰ੍ਹਾਂ ਡਾਕਟਰ ਸਰਬਜੀਤ ਸਿੰਘ ਨੇ ਕਿਹਾ ਹੋਇਆ ਹੈ। ਹੁਣ ਜਿਸ ਤਰ੍ਹਾਂ ਫਿੱਟ ਵਿਆਹ ਜੀਵਿਆ, ਜਿੱਤ ਖਾਏ ਵਧਾਇਆ ਪੇਟ, ਜਾਂ ਆਨੰਦ ਬਾਣੀ ਵਿੱਚ ਇਹ ਸਰੀਰਾ ਮੇਰਿਆ ਇਸ ਜੱਗ ਮੇ ਆਏ ਕਿ ਕਿਆ ਤੂੰ ਕਰਮ ਕਮਾਇਆ। ਇਸ ਜਿਹੜੇ ਕਰਮ ਕਮਾਣੇ ਆ ਉਹ ਤੇ ਅਸੀਂ ਬੋਡੀ ਨੇ ਹੀ ਕਮਾਣੇ ਨੇ, ਠੀਕ ਹੈ ਨਾ। ਤੇ ਇਹਦੀ ਇਕੁਅਲ ਇੰਪੋਰਟੈਂਸ ਹੈ ਸਾਡੇ ਗਿਆਨ ਇੰਦਰੀਆਂ ਦੀ ਵੀ ਤੇ ਸਾਡੇ ਕਰਮ ਇੰਦਰੀਆਂ ਦੀ, ਕਿਉਂਕਿ ਕਰਮ ਤੇ ਸਰੀਰ ਨੇ ਹੀ ਕਮਾਣੇ ਆ ਨਾ, ਸਾਰਾ ਕੁਛ ਕਰਨਾ ਹੈ। ਤੇ ਦੋਨਾਂ ਦੀ ਹੀ ਆਪਣਾ ਇੰਪੋਰਟੈਂਸ ਹੈ। ਬਸ ਇੰਨੀ ਹੀ ਮੇਰੀ ਬੇਨਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਥੈਂਕ ਯੂ ਜੀ। ਮੇਰਾ ਇੱਕ ਕੁਐਸਚਨ ਇਹ ਹੈ ਜੀ ਕਿ ਜਿਹੜਾ ਸਾਡੀ ਬਾਡੀ ਦੀ ਡਿਵੈਲਪਮੈਂਟ ਹੈ, ਰਾਈਟ ਫਰੋਮ ਕੰਸੀਵਿੰਗ ਆਫ ਦੀ ਬਾਡੀ, ਕੰਸੀਵਿੰਗ ਜਿੱਥੇ ਸ਼ੁਰੂ ਹੋ ਗਈ, ਉਹ ਇੱਕ ਆਟੋਮੈਟਿਕਲੀ ਪਰਮਾਤਮਾ ਨੇ ਉਹਦਾ ਧਿਆਨ ਰੱਖਣਾ ਸ਼ੁਰੂ ਕਰ ਦਿੱਤਾ, ਉਸਨੂੰ ਰਿਜਕ ਪਹੁੰਚਾਉਣਾ ਸ਼ੁਰੂ ਕਰ ਦਿੱਤਾ। ਤਾਂ ਹੀ ਉਹ ਰਿਜਕ ਨਾਲ ਉਹ ਬਾਡੀ ਡਿਵੈਲਪ ਹੋ ਰਹੀ ਹੈ। ਜਦੋਂ ਬੱਚਾ ਜਨਮ ਲੈਂਦਾ, ਰਿਜਕ ਉਹਦੇ ਲਈ ਪਹਿਲੇ ਆ ਤਿਆਰ ਕਰ ਦਿੰਦਾ। ਮਦਰ ਕੈਨੋਟ ਪ੍ਰੋਡਿਊਸ ਮਿਲਕ ਵਿਦਆਊਟ ਏ ਚਾਈਲਡ। ਇਹਦਾ ਮਤਲਬ ਚਾਈਲਡ ਦਾ ਰਿਜਕ ਪਹਿਲੇ ਆਟੋਮੈਟਿਕਲੀ
ਬਣ ਕੇ ਆਇਆ। ਸੋ ਉਹ ਜਿਹੜਾ ਰਿਜਕ ਹੈ, ਈਵਨ ਦਿਸ ਇਜ ਟਰੂ ਫਾਰ ਆਲ ਐਨੀਮਲ, ਫਾਰ ਆਲ ਪਲਾਂਟ, ਫਾਰ ਐਵਰੀ ਵਨ। ਹਰ ਫੋਰਮ ਦੇ ਵਿੱਚ ਜਿੱਥੇ ਵੀ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਰੀਪ੍ਰੋਡਕਟਿਵ ਸਿਸਟਮ ਚੱਲ ਰਿਹਾ, ਉਹਦੇ ਵਿੱਚ ਰਿਜਕ ਪਹਿਲੇ ਆ ਰਿਹਾ ਔਰ ਉਸਦਾ ਮੈਥੋਡੋਲੋਜੀ ਉਹ ਵੱਖਰਾ ਆ ਰਿਹਾ। ਜਿੱਥੇ ਅਸੀਂ ਫਸ ਗਏ ਹਾਂ ਉਹ ਇਹ ਹੈ ਕਿ ਅਸੀਂ ਐਜ਼ ਹਿਊਮਨ ਬੀਇੰਗਸ ਅਸੀਂ ਇੱਕ ਡਿਫਰੈਂਟ ਰਿਜਕ ਬਣਾ ਲਿਆ। ਅਸੀਂ ਜਿਹੜਾ ਰਿਜਕ ਬਣਾਇਆ ਉਹ ਪੀਜ਼ਾ, ਬਰਗਰ ਜਾਂ ਹੋਰ ਜਿਹੜੀਆਂ ਫੂਡ ਪ੍ਰੋਡਕਟ, ਪ੍ਰੋਸੈਸਿੰਗ ਆਫ ਫੂਡ ਜਾਂ ਉਹਦੀ ਇੰਡਸਟਰੀ, ਐਗਰੀਕਲਚਰ ਇੰਡਸਟਰੀ ਬਣਾ ਕੇ ਹਿਊਮੈਨਿਟੀ ਨੇ ਉਹ ਬਣਾ ਲਿਆ। ਤੇ ਜੇ ਅਸੀਂ ਅੱਜ ਤੋਂ ਸੇ 50,000 ਸਾਲ ਪਹਿਲਾਂ ਜਾਂ ਲੱਖ ਸਾਲ ਪਹਿਲਾਂ ਚੱਲ ਜਾਈਏ, ਉਸ ਵੇਲੇ ਤਾਂ ਇਹੋ ਜਿਹੀਆਂ ਚੀਜ਼ਾਂ ਸੀਗੀਆਂ ਨਹੀਂ। ਉਸ ਵੇਲੇ ਪਰ ਹਿਊਮਨ ਬੀਂਗਸ ਤਾਂ ਸਰਵਾਈਵ ਕੀਤੇ, ਮਤਲਬ ਰਿਜਕ ਤਾਂ ਹੈਗਾ, ਫਿਜ਼ੀਕਲ ਰਿਜਕ ਤਾਂ ਹੈਗਾ, ਉਸਦੇ ਮਨ ਦਾ ਰਿਜਕ ਦੀ ਤਾਂ ਲੋੜ ਹੀ ਨਹੀਂ ਸੀ, ਔਰ ਮਨ ਦੇ ਰਿਜਕ ਤੇ ਤਾਂ ਚੱਲਦਾ ਹੀ ਨਹੀਂ ਸੀ ਕੰਮ। ਸੋ ਹਿਊਮਨ ਬੀਂਗਸ ਦੇ ਉੱਤੇ ਤੇ ਹਿਊਮੈਨਿਟੀ ਤੇ ਜਾਂ ਕਾਇਨਾਤ ਤੇ ਜਿਹੜਾ ਰਿਜਕ ਚੱਲ ਰਿਹਾ ਉਹ ਫਿਜ਼ੀਕਲ ਚੱਲ ਰਿਹਾ। ਅਸੀਂ ਗੁਰਬਾਣੀ ਵਿੱਚ ਠੀਕ ਹੈ ਮਨ ਦੇ ਰਿਜਕ ਦੀ ਗੱਲ ਕੀਤੀ ਹੈ ਔਰ ਮਨ ਦੇ ਸਾਧਨਾ ਕੀਤੀ, ਪਰ ਇੱਕ ਜਿੱਦਾਂ ਡਾਕਟਰ ਸਰਬਜੀਤ ਸਿੰਘ ਹੋਰਾਂ ਨੇ ਕਿਹਾ ਕਿ ਉਹ ਰਿਜਕ ਜਿਹੜਾ ਜਿਹਦੀ ਸਾਨੂੰ ਵਰੀ ਨਹੀਂ ਕਰਨੀ ਚਾਹੀਦੀ, ਉਹ ਵੀ ਤਾਂ ਇੱਕ ਪਹਿਲੂ ਹੋ ਸਕਦਾ। ਇੱਕ ਤਾਂ ਇਹਦੇ ਬਾਰੇ ਮੇਰਾ ਡਾਕਟਰ ਆਪਣੇ ਨਿਰਮਲ ਸਿੰਘ ਹੋਰਾਂ ਦਾ ਵਿਚਾਰ, ਦੂਜਾ ਇੱਕ ਕੁਐਸਚਨ ਉੱਠਿਆ ਡਿਸਟਿਲੇਸ਼ਨ ਸ਼ਰਾਬ ਬਾਰੇ ਬੜਾ ਕੁਐਸਚਨ ਉੱਠਿਆ। ਡਾਕਟਰ ਜਨਕ ਸਿੰਘ ਜੀ ਬੈਠੇ ਆ ਹਾਈਲੀ ਕੈਮਿਸਟ, ਮੈਂ ਕਿਹਾ ਇੱਕ ਮੈਂ ਕੋਈ 2 ਸਾਲ ਪਹਿਲਾਂ ਇੱਕ ਕਿਤਾਬ ਮੇਰੇ ਨਜ਼ਰ ਵਿੱਚੋਂ ਨਿਕਲੀ ਸੀ ਜਿਹਦੇ ਵਿੱਚ ਕਿ ਵਰਲਡ ਦੀ ਡਿਸਟੀਲੇਸ਼ਨ ਬਾਰੇ ਸਾਰੀ ਗੱਲ ਕੀਤੀ ਸੀ ਉਹਨਾਂ ਨੇ। ਹਰ ਇੱਕ ਤਰ੍ਹਾਂ ਦੀ ਡਿਸਟੀਲੇਸ਼ਨ ਦੇ ਉੱਤੇ, ਇਟ ਵਾਜ਼ ਅਬਾਊਟ 400-500 pages ਬੁੱਕ, ਆਈ ਰਿਮੈਂਬਰ ਇਟ ਜਸਟ, ਕਿ ਕਿਹੜੇ ਡਿਸਟੀਲੇਸ਼ਨ ਨਾਲ ਕਿਹੜਾ ਰੋਗ ਠੀਕ ਹੋ ਸਕਦਾ ਹੈ ਤੇ ਕਿਹੜਾ, ਜਿਹੜੇ ਐਲਕੈਮਿਸਟ ਪੁਰਾਣੇ ਸੀਗੇ ਉਹ ਕਿੱਦਾਂ ਡਿਸਟਿਲ ਕਰਕੇ ਕਰਦੇ ਸੀ, ਔਰ ਉਹਨੂੰ ਜਦੋਂ ਅਸੀਂ ਵਧਾ ਦਿੱਤਾ ਤੇ ਉਸਦੀ ਬਣਾ ਦਿੱਤੀ ਅਸੀਂ ਸ਼ਰਾਬ। ਉਹਨੂੰ ਅੱਗੇ ਮੈਥੋਡੋਲੋਜੀ ਠੀਕ ਸੀ, ਉਹ ਐਟ ਦੈਟ ਵਾਜ਼ ਯੂਜ਼ ਬਾਈ ਡਾਕਟਰਸ, ਔਰ ਉਹ ਡਿਫਰੈਂਟ ਕੋਕਟੇਲਸ ਬਣਾ ਕੇ ਉਹਨਾਂ ਨੇ ਦੱਸਿਆ ਕਿ ਕਿੱਦਾਂ ਕਿੱਦਾਂ ਕਿਹੜੀ ਕਿਹੜੀ ਕੋਕਟੇਲ ਦੇ ਵਿੱਚ ਕਿਹੜੀ ਕਿਹੜੀ ਚੀਜ਼ ਦਾ ਇਫੈਕਟ ਹੈ ਔਰ ਕਿੱਦਾਂ ਹੁੰਦਾ, ਔਰ ਉਹਦੇ ਵਿੱਚੋਂ ਹੀ ਅਲਟੀਮੇਟ ਜਿਹੜੀਆਂ ਐਲੋਪੈਥਿਕ ਮੈਡੀਸਨਸ ਜਿਹੜੀਆਂ ਬਾਅਦ ਵਿੱਚ ਡਿਵੈਲਪ ਹੋਈਆਂ, ਜਿਹੜੀ ਸਾਡੀ ਬਾਡੀ ਨੂੰ ਤੰਦਰੁਸਤ ਰੱਖਣ ਲਈ ਉਹ ਠੀਕ ਹੈ। ਬਿਲਕੁਲ ਠੀਕ, ਸਾਡੇ ਇੱਥੇ ਫੋਰਮ ਤੇ ਰੇਜ਼ ਹੋਇਆ ਕੁਐਸਚਨ ਕਿ ਜੇ ਐਕਸੈਸ ਆਫ ਐਵਰੀਥਿੰਗ ਇਜ਼ ਬੈਡ, ਤੇ ਉਹ ਅਸੀਂ ਐਕਸੈਸ ਚ ਕਰ ਲਿਆ ਤੇ ਉਹ ਦਿਮਾਗ ਸਾਡਾ ਦੂਜੇ ਪਾਸੇ ਨੂੰ ਚੱਲ ਪਿਆ। ਸੋ ਮੈਂ ਤਾਂ ਉਹਦੇ ਬਾਰੇ ਤਾਂ ਇਹ ਮੇਰਾ ਕਮੈਂਟ ਸੀ, ਬਟ ਪਹਿਲਾ ਜਿਹੜਾ ਫੂਡ ਵਾਲੀ ਗੱਲ ਹੈ ਉਹਦੇ ਬਾਰੇ ਸਰ ਨਿਰਮਲ ਸਿੰਘ ਜੀ ਤੁਸੀਂ ਪਲੀਜ਼ ਜੇ ਕੋਈ ਕਮੈਂਟ ਹੋਵੇ ਤਾਂ ਦੱਸੋ। ਹਾਂਜੀ ਡਾਕਟਰ ਸਾਹਿਬ, ਪਹਿਲਾਂ ਤਾਂ ਮੈਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗਾ ਕਿ ਤੁਸੀਂ ਇਸ ਫੋਰਮ 'ਤੇ ਮੈਨੂੰ ਟਾਈਮ ਦਿੱਤਾ, ਸਮਾਂ ਦਿੱਤਾ, ਬੜੇ ਮੁਸ਼ਕਿਲ ਹੁੰਦਾ ਹੈ। ਅਤੇ ਸਾਰਿਆਂ ਵੀਰਾਂ ਦਾ ਧੰਨਵਾਦ ਕਰਦਾ ਹੋਇਆ ਮੈਂ ਭੈਣ ਮਨਪ੍ਰੀਤ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ, ਬਹੁਤ ਹੀ ਸੁਹਿਰਤਾ ਨਾਲ ਸੋਹਣੇ ਲਫ਼ਜ਼ਾਂ ਦੇ ਵਿੱਚ ਸਾਨੂੰ ਸਮਝਾ ਰਿਹਾ ਹੈ।
ਤੇ ਮੇਰੇ ਵਿਚਾਰ ਗਲਤ ਮਲਤ ਵੀ ਹੋ ਸਕਦੇ, ਜਿੱਥੇ ਮਾਤਾ ਦੇ ਪੇਟ ਦੇ ਵਿੱਚ ਰਿਜ਼ਕ ਦੀ ਗੱਲ ਹੈਗੀ ਆ ਜੀ, ਠੀਕ ਆ ਉਹਦੇ ਵਿੱਚ ਨੈਚੁਰਲ ਪ੍ਰੋਸੈਸ ਚੱਲ ਰਿਹਾ, ਲੇਕਿਨ ਜੇ ਮਾਤਾ ਗਲਤ ਭੋਜਨ ਦਾ ਸੇਵਨ ਕਰੇਗੀ ਤਾਂ ਬੱਚੇ 'ਤੇ ਵੀ ਇਫੈਕਟ ਪੈ ਸਕਦਾ ਮੈਂ ਇਹ ਸਮਝਦਾ। ਬਾਕੀ ਜਿਹੜੀ ਗੁਰਬਾਣੀ ਹੈਗੀ ਆ ਨਾ ਜੀ, ਗੁਰਬਾਣੀ ਦੇ ਬੇਸ 'ਤੇ ਅਸੀਂ ਵਿਚਾਰ ਕਰ ਰਹੇ ਹਾਂ ਸਾਰੀ ਬਾਣੀ ਹੈਗੀ ਆ, ਸਭ ਕਿਸ ਜੀਵਤ ਕੋ ਵਿਵਹਾਰ ਹੈ ਜੀ, ਅਤੇ ਗੁਰਬਾਣੀ ਇਸ ਜੱਗ ਮੈਂ ਚਾਨਣ ਕਰਮ ਵਸੇ ਮਨੋ ਆਏ। ਸੋ ਗੁਰਬਾਣੀ ਦੇ ਆਧਾਰ 'ਤੇ ਜਦੋਂ ਅਸੀਂ ਇਹ ਜੀਵਨ ਦੇ ਵਿੱਚ ਵਿਚਰਦੇ ਹਾਂ, ਨਾ ਤਾਂ ਇਹ ਤੋਂ ਪਹਿਲਾਂ ਦੀ ਕੋਈ ਗੱਲ ਮੈਂ ਕਰਨੀ ਚਾਹਾਂਗਾ, ਨਾ ਮੈਨੂੰ ਸਮਝ ਆਈ ਹੈ ਗੁਰਬਾਣੀ ਦੇ ਵਿੱਚੋਂ, ਨਾ ਜੰਮ ਤੋਂ ਪਹਿਲਾਂ ਦੀ ਅਤੇ ਨਾ ਮਰਨ ਤੋਂ ਬਾਅਦ ਦੀ। ਇੱਕ ਦੱਜੇ ਇੱਕ ਦੱਬੀਏ, ਇੱਕ ਨਾ ਕੁੱਤੇ ਖਾਏ, ਇੱਕ ਪਾਣੀ ਵਿੱਚ ਸੁੱਟੀਏ, ਇੱਕ ਵੀ ਹੱਸਣ ਪਾਏ ਨਾਨਕ, ਇਵਨ ਜਾਪੇ ਕਿੱਥੇ ਜਾਏ ਸਮਾਏ। ਜਿੱਥੇ ਸਰੀਰ ਦੀ ਗੱਲ ਆ ਰਹੀ ਹੈ, ਜਿੱਦਾਂ ਭੈਣ ਜੀ ਨੇ ਦੱਸਿਆ ਸੀਗਾ ਵੀ ਵੱਖਰੇ ਵੱਖਰੇ ਸਮੇਂ ਏਜ ਦੇ ਮੁਤਾਬਕ ਜਾਂ ਮੁਲਕ ਦੇ ਮੁਤਾਬਕ ਵੱਖਰੇ ਵੱਖਰੇ ਖਾਣ ਪੀਣ ਦੇ ਤਰੀਕੇ ਹਨ, ਸਾਧਨ ਹਨ, ਚੋਇਸਿਸ ਹੈਗੀਆਂ, ਲੇਕਿਨ ਮਨ ਦੀ ਗੱਲ ਜ਼ਿਆਦਾ ਗੁਰੂ ਸਾਹਿਬ ਸਾਨੂੰ ਸਮਝਾ ਰਿਹਾ। ਜਿਹਦੇ ਮਨ ਰਾਜਾ ਆ, ਸੁਲਤਾਨ ਆ, ਉਹਨੂੰ ਡਿਸੀਜਨ ਕਰਨਾ ਆ। ਜਿੱਥੇ ਮਨ ਦੇ ਬਾਰੇ ਗੁਰੂ ਸਾਹਿਬ ਮੈਨੂੰ ਸਮਝਾ ਰਹੇ, ਕਿਤੇ ਸਾਰਿਆਂ ਨੂੰ ਨਾਲ ਲੈ ਕੇ ਗੱਲ ਕਰ ਰਿਹਾ, ਕਹਿੰਦੇ ਖਾਂਦਿਆਂ ਖਾਂਦਿਆਂ ਮੂੰਹ ਇਕੱਠਾ, ਖਾਂਦਿਆਂ ਖਾਂਦਿਆਂ ਮੂੰਹ ਇਕੱਠਾ, ਪਹਿਨਦਿਆਂ ਸਭ ਅੰਗ, ਨਾਨਕ ਤ੍ਰਿਗ ਤਿਨਾਂ ਕਾ ਜੀਵਿਆ, ਜਿਨ ਸੱਚ ਨਾ ਲੱਗੋ ਰੰਗ। ਬਸ ਇੱਥੇ ਮੈਂ ਸਮਾਪਤੀ ਕਰਾਂਗਾ। ਹੋਈਆਂ ਅਨੇਕਾਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ। ਮਨਜੀਤ ਸਿੰਘ ਜੀ, ਤੁਸੀਂ ਐਂਡਰੇਸ ਕੀਤਾ ਵੀ ਆਲਮੋਸਟ ਕਲੋਜ਼ਿੰਗ। ਓਕੇ, ਤੁਸੀਂ ਇਹ ਡਿਸਟੀਲੇਸ਼ਨ ਦੀ ਗੱਲ ਕੀਤੀ ਹੈ ਜੀ। ਡਿਸਟੀਲੇਸ਼ਨ ਇੱਕ ਪ੍ਰੋਸੈਸ ਹੈ ਜਿਹਦੇ ਨਾਲ ਆਪਾਂ ਇੱਕ ਕਿਸੇ ਵੀ ਪਦਾਰਥ ਦਾ ਤੱਤ ਕੱਢ ਸਕਦੇ ਹਾਂ, ਜਿਵੇਂ ਆਪਾਂ ਅਰਕ ਕੱਢ ਦਿੰਦੇ ਸੀ। ਹਾਂਜੀ ਜਦੋਂ ਛੋਟੇ ਛੋਟੇ ਬੱਚੇ ਦੇ, ਤੁਸੀਂ ਵੀ ਅਰਕ ਪੀਤਾ ਹੋਣਾ, ਅਰਕ ਚੋਰਕਾ ਜਿਹੜਾ ਖਾਸ ਕਰਕੇ ਤੁਸੀਂ ਜ਼ਰੂਰ ਪੀਤਾ ਹੋਣਾ। ਤੇ ਹੁਣ ਜੇ ਅਸੀਂ ਉਸ ਪ੍ਰੋਸੈਸ ਨੂੰ ਯੂਜ਼ ਕਰਕੇ, ਡਿਸਟੀਲੇਸ਼ਨ ਪ੍ਰੋਸੈਸ ਨੂੰ ਯੂਜ਼ ਕਰਕੇ ਜ਼ਹਿਰ ਬਣਾਈਏ ਤਾਂ ਉਹਨੂੰ ਆਪਾਂ ਜਸਟੀਫਾਈ ਨਹੀਂ ਕਰ ਸਕਦੇ। ਉਹਦੇ ਤੋਂ ਆਪਾਂ ਅੰਮ੍ਰਿਤ ਵੀ ਬਣਾ ਸਕਦੇ ਹਾਂ ਉਸ ਪ੍ਰੋਸੈਸ ਨਾਲ, ਉਸ ਪ੍ਰੋਸੈਸ ਨਾਲ ਆਪਾਂ ਜ਼ਹਿਰ ਵੀ ਬਣਾ ਸਕਦੇ ਹਾਂ। ਨਹੀਂ, ਮੈਂ ਤਾਂ ਉਸ ਕਿਤਾਬ ਦਾ ਰੈਫਰੈਂਸ ਦਿੱਤਾ ਜਿਹੜੀ ਐਸ ਡਿਸਟੀਲੇਸ਼ਨ ਬਾਰੇ ਸੀਗੀ। ਹਾਂ, ਉਹਨੇ ਵਰਲਡ ਦੀ ਜਿੰਨੀ ਡਿਸਟੀਲੇਸ਼ਨ ਪ੍ਰੋਸੈਸ ਹੈ ਤੇ ਕਾਕਟੇਲ ਦਾ, ਉਹਦੇ ਬਾਰੇ ਲਿਖਿਆ ਹੋਇਆ ਸੀ। ਹਾਂਜੀ, ਐਂਡ ਇਟ ਵਾਸ ਰਿਟਨ ਫਾਰ ਦੀ ਡਾਕਟਰਸ ਐਂਡ ਆਈ ਥਿੰਕ ਮੈਂ ਤਾਂ ਡਾਕਟਰ ਜਨਕ ਸਿੰਘ ਹੋਰਾਂ ਨਾਲ ਇਸੇ ਕਰਕੇ ਕਿਹਾ, ਉਹਨਾਂ ਦਾ ਨਾਮ ਲਿੱਤਾ ਸੀ ਕਿਉਂਕਿ ਉਹ ਕੈਮਿਸਟਰੀ ਦੀ ਬੁੱਕ ਸੀਗੀ। ਇਟ ਵਾਸ ਬੁੱਕ ਔਨ ਕੈਮਿਸਟਰੀ। ਇਹ ਠੀਕ ਹੈ ਜੀ, ਪ੍ਰੋਸੈਸ ਡਿਸਟੀਲੇਸ਼ਨ ਦਾ ਯੂਜ਼ ਹੁੰਦਾ ਹੈ ਅਰਕ ਬਣਾਉਣ ਵਾਸਤੇ ਵੀ ਤੇ ਸ਼ਰਾਬ ਬਣਾਉਣ ਵਾਸਤੇ ਵੀ। ਹਾਂਜੀ ਹਾਂਜੀ, ਇਹੀ ਮੈਂ ਕਿਹਾ। ਠੀਕ ਹੈ, ਪੈਂਦਰੀ ਸੂਰੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। As Nirmal Singh has spoken beautifully, excellent. But as a psychologist, I would like to talk ki bhai jadon vi sade si bacche sade kol koi vi aande na, beshak oh addiction of alcohol hove, drugs hove, beshak suicidal hove, beshak anything outside jadon problems vich aande na, assi sab to pehle na unna da mann nu tatolde ha. Sanu mann tak te jana hi panda hai, ਕਿਉਂਕਿ ਸਾਨੂੰ ਇਹਨਾਂ ਬਾਹਰ ਦੀ ਚੀਜ਼ਾਂ ਤੋਂ ਪਤਾ ਲੱਗਦਾ ਹੈ ਕਿ ਮਨ ਦੀ ਖੁਰਾਕ ਨਹੀਂ ਮਿਲਣੀ, ਮਨ ਦਾ ਰਿਜ਼ਕ ਨਹੀਂ ਮਿਲਿਆ। ਜਦੋਂ ਮਨ ਦਾ ਰਿਜ਼ਕ ਨਹੀਂ ਮਿਲਦਾ, ਮਨ ਨੂੰ ਗੁਣਾਂ ਵਿੱਚ ਅਸੀਂ ਨਹੀਂ ਖੇਡਦੇ ਹਾਂ,
ਤੇ ਬਾਹਰ ਦੇ ਜਿਹੜੇ ਸੰਸਾਰ ਦੇ ਵਿੱਚ ਐਲਕੋਹੋਲ ਦੀ ਐਡਿਕਸ਼ਨ ਹੋਣਗੀਆਂ ਹੀ ਹੋਣਗੀਆਂ। ਬੇਸ਼ੱਕ ਬੱਚੇ ਕਹਿ ਦੇਣ ਜੀ ਵੀ ਜਸਟ ਟੇਕ ਇਟ ਫੋਰ ਫਨ, ਬਟ ਨਹੀਂ, ਜਦੋਂ ਵੀ ਅਸੀਂ ਬਾਹਰ ਦੀ ਐਡਿਕਸ਼ਨ, ਐਲਕੋਹੋਲ ਹੋਵੇ, ਬੇਸ਼ੱਕ ਇੱਕ ਚਾਹ ਦੀ ਐਡਿਕਸ਼ਨ ਹੋਵੇ, ਡਰੱਗਸ ਦੀ ਹੋਵੇ, ਵੁਮਨਾਈਜ਼ਿੰਗ ਦੀ ਹੋਵੇ, ਬੇਸ਼ੱਕ ਸੁਸਾਈਡਲ ਦੀ ਹੋਵੇ, ਐਨੀ ਟਾਈਪ ਆਫ ਦੀਸ ਥਿੰਗ ਵਿਚ ਇਜ਼ ਯੂਨੀਵਰਸਲੀ ਰੋਂਗ, ਇਹ ਕਨੈਕਟਡ ਟੂ ਦ ਮਨ। ਔਰ ਮਨ ਜਿਹੜਾ ਹੈਗਾ ਵੇ, ਮਨ ਦੀ ਖੁਰਾਕ ਨਹੀਂ ਮਿਲਣੀ, ਤੇ ਮਨ ਦੀ ਖੁਰਾਕ ਵਾਸਤੇ ਪੂਰਾ ਗੁਰੂ ਗ੍ਰੰਥ ਸਾਹਿਬ, ਦ ਟੋਪ ਸਾਈਕੋਲੋਜਿਸਟ ਇਜ਼ ਦ ਗੁਰੂ ਗ੍ਰੰਥ ਸਾਹਿਬ, ਕਿਉਂਕਿ ਪੂਰੀ ਤਰ੍ਹਾਂ ਮਨ ਨੂੰ ਉਹ ਸਮਝਾ ਰਹੇ ਇਨ ਦ, ਕਹਿੰਦੇ ਨਾ ਕਿ 1429 ਪੇਜਿਸ ਆਫ ਦ ਗੁਰੂ ਗ੍ਰੰਥ ਸਾਹਿਬ, 250 ਸਾਲ ਲੱਗੇ ਖਾਲੀ ਮਨ ਨੂੰ ਉਠਾਉਣ ਵਾਸਤੇ, ਟੂ ਅਵੇਕਨ ਦ ਮਨ। ਇਹ ਮਨ ਨੂੰ ਸੁਚਾਰ ਕਰਨ ਵਾਸਤੇ ਹੈਗਾ ਕਿ ਬਈ ਮਨ ਤੂੰ ਉੱਠ, ਅਗਰ ਤੂੰ ਇਹ ਰਿਜ਼ਕ ਨਹੀਂ ਲਏਗਾ ਤੇ ਹੰਕਾਰ ਵਿੱਚ ਰਹਿ ਕੇ, ਤੂੰ ਇਸੀ ਨਸ਼ੇ ਵਿੱਚ ਰਹਿ ਕੇ ਤੇ ਫਿਰ ਬਾਹਰ ਦਾ ਵੀ ਨਸ਼ਾ ਕਰੇਗਾ। ਬਾਹਰ ਦਾ ਚਾਹ ਦਾ ਹੋਵੇ, ਬੇਸ਼ੱਕ ਬਾਹਰ ਦਾ ਸ਼ਰਾਬਾਂ ਦਾ ਹੋਵੇ, ਬੇਸ਼ੱਕ ਉਹ ਬਾਹਰ ਦੀ ਐਡਿਕਸ਼ਨ ਹੋਵਣ, ਬੇਸ਼ੱਕ ਉਹ ਡਰੱਗਸ ਦਾ ਹੋਵੇ, ਅੱਜ ਕੱਲ੍ਹ ਸੰਸਾਰ ਪੂਰਾ ਇਸੀ ਵਿੱਚ ਹੀ ਮਾਇਆ ਵਿੱਚ ਫਸਿਆ ਹੋਇਆ ਹੈ। ਮਨ ਦੀ ਖੇਡ, ਕਿਉਂਕਿ ਸਾਈਕੋਲੋਜਿਸਟ ਆਰ ਓਨਲੀ ਵਰਕਿੰਗ ਔਨ ਦ ਮਨ। ਇੰਨੀ ਕਰਪਸ਼ਨ ਗੋਇੰਗ ਆਊਟ, ਲੈਟ ਇਟ ਬੀ ਇਨ ਦ ਗੁਰਦੁਆਰਸ, ਲੈਟ ਇਟ ਬੀ ਇਨ ਦ ਪੋਲੀਟੀਸ਼ੀਅਨਸ, ਲੈਟ ਇਟ ਬੀ ਇਨ ਦ ਮੀਡੀਆ, ਐਨੀ ਵੇਅਰ ਕਰਪਸ਼ਨ ਇਜ਼ ਗੋਇੰਗ ਔਨ, ਕਿਉਂਕਿ ਮਨ ਦਾ ਰਿਜ਼ਕ ਨਹੀਂ ਮਿਲਿਆ ਹੈ। ਮਨ ਜਿਹੜਾ ਪੂਰੀ ਤਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਉਹਦੀ ਪੂਰੀ ਬਰਾਤ ਵਿੱਚ ਫਸਿਆ ਹੋਇਆ ਹੈ। ਸੋ ਗੁਰੂ ਗ੍ਰੰਥ ਸਾਹਿਬ ਇਜ਼ ਦ ਟੋਪ ਸਾਈਕੋਲੋਜਿਸਟ ਐਟ ਪ੍ਰੈਜੈਂਟ, ਸੋ ਵੀ ਇਹ ਸਾਈਕੋਲੋਜਿਸਟ ਆਰ ਟੇਕਿੰਗ ਟੋਟਲੀ ਦ ਗੁਰਬਾਣੀ, ਤੇ ਮਨ ਨੂੰ ਹੀ ਟਟੋਲਦੇ ਹਾਂ, ਹਰ ਬੱਚੇ ਦਾ ਮਨ ਨੂੰ ਟਟੋਲਦੇ, ਵੀ ਗੋ ਡੀਪ ਡਾਊਨ ਇਨ ਟੂ ਦ ਕੋਰ, ਕਿਉਂਕਿ ਮਨ ਬਣਦਾ ਹੀ ਤਦ ਹੈ ਜਦੋਂ ਬੱਚਾ ਮਾਂ ਦੇ ਗਰਭ ਵਿੱਚ ਹੀ ਹੁੰਦਾ ਹੈ। ਮਾਂ ਜੋ ਮਰਜ਼ੀ ਖਾਵੇ, ਉਹਦਾ ਤਨ ਖਰਾਬ ਵੀ ਹੋ ਸਕਦਾ ਹੈ, ਪਰ ਜਦੋਂ ਮਾਂ ਸੋਚਦੀ ਹੈ, ਜੋ ਮਾਂ ਦੇ ਬਾਹਰ ਦੇ ਅੰਦਰ ਇਨਵਾਇਰਮੈਂਟ ਹੁੰਦਾ, ਬੱਚੇ ਦਾ ਮਨ ਅੰਦਰ ਹੀ ਬਣਨਾ ਸ਼ੁਰੂ ਹੋ ਜਾਂਦਾ, ਕਿਉਂਕਿ ਬੱਚਾ, ਇਸੇ ਕਰਕੇ ਵੀ ਡੂ ਪੇਰੈਂਟਿੰਗ ਵੈਨ ਦ ਮਦਰ ਇਜ਼ ਆਲਰੇਡੀ ਪ੍ਰੈਗਨੈਂਟ, ਕਿ ਤੂੰ ਅੱਛਾ ਸੋਚੇਂਗੀ ਨਹੀਂ, ਤੇ ਬੱਚੇ ਦਾ ਮਨ ਆਲਰੇਡੀ ਬਣਨਾ ਸ਼ੁਰੂ ਹੋ ਗਿਆ। ਐਵਰੀਥਿੰਗ ਇਜ਼ ਗੋਇੰਗ ਟੂ ਗੋ ਇਨ ਟੂ ਦ ਸਬਕੋਨਸ਼ੀਅਸ ਮਾਇੰਡ। ਤੋ ਤੁਸੀਂ ਇਹ ਸੋਚ ਲਓ ਕਿ ਜਦੋਂ ਬੱਚਾ ਪੈਦਾ ਮਾਂ ਦੇ ਗਰਭ ਵਿੱਚ ਹੁੰਦਾ, ਤੇ ਅੱਜ ਤੱਕ ਅਗਰ ਸਾਨੂੰ ਇਸ ਚੀਜ਼ ਦੀ ਨੌਲੇਜ ਨਹੀਂ ਹੈ, ਜਿਤਨੀ ਵੀ ਇਨਵਾਇਰਮੈਂਟ ਜਿਹੜੀਆਂ ਗੱਲਾਂ ਹੋ ਰਹੀਆਂ, ਜੋ ਸਕੂਲਾਂ ਦੇ ਵਿੱਚ, ਕਾਲਜਿਸ ਵਿੱਚ, ਜੋ ਕਾਰਾਂ ਦੀਆਂ ਗ੍ਰਸਤੀ ਦੇ ਵਿੱਚ ਲੜਾਈਆਂ ਚੱਲ ਰਹੇ, ਇਹ ਬੱਚੇ ਸਾਰੇ ਸੱਕ ਕਰ ਲੈਂਦੇ, ਦੇ ਜਸਟ ਸੱਕ ਇਨ ਟੂ ਦ ਸਬਕੋਨਸ਼ੀਅਸ ਮਾਇੰਡ। ਮਨ ਇਤਨਾ ਕੌੜਾ ਹੋ ਚੁੱਕਾ ਹੈ, ਇੱਕ ਐਸੇ ਬਿਰਥੀ ਵਾਲਾ ਹੋ ਚੁੱਕਾ ਹੈ, ਕਿ ਫਿਰ ਉਹ ਰਿਜ਼ਲਟ ਕਿੱਥੇ ਸ਼ੋਅ ਕਰੇਗਾ, ਜਾਂ ਤੇ ਸਰੀਰ ਦੇ ਉੱਪਰ ਸ਼ੋਅ ਕਰੇਗਾ ਆਪਣੇ ਰੋਗਾਂ ਦੇ ਨਾਲ, ਜਾਂ ਬਾਹਰ ਦੇ ਇਹ ਜਿਹੜੇ ਕੰਮ ਕਰਦੇ ਨਾ, ਐਡਿਕਸ਼ਨਸ ਵਿੱਚ ਚਲੇ ਜਾਂਦੇ ਹੈਗੇ, ਸ਼ਰਾਬਾਂ ਵਿੱਚ ਚਲੇ ਜਾਂਦੇ ਹੈਗੇ, ਫਿਰ ਇਹ ਸਾਨੂੰ ਨਜ਼ਾਰੇ ਨਜ਼ਰ ਆਉਂਦੇ ਹੈਗੇ, ਕਿਉਂ ਕਿ ਮਨ ਬਹੁਤ ਜ਼ਿਆਦਾ ਵਿਗੜ ਚੁੱਕਾ ਹੈਗਾ, ਖੁਰਾਕ ਨਹੀਂ ਮਿਲਦੀ ਹੈ। ਦੈਟ ਇਜ਼ ਵਾਈ ਐਟ ਪ੍ਰੈਜੈਂਟ ਸਾਈਕੋਲੋਜਿਸਟ ਆਰ ਕਮਿੰਗ ਇਨ ਦ ਪੀਕ ਆਲ ਓਵਰ ਦੀ ਵਰਲਡ, ਕਿਉਂਕਿ ਇਟ ਇਜ਼ ਟੋਟਲੀ ਪਲੇਇੰਗ ਵਿਦ ਦ ਮਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਪਾਇਰ ਜੀ। ਡਾਕਟਰ ਕਾਲਾ ਸਿੰਘ ਜੀ, ਤੁਸੀਂ ਕੁਝ ਦੱਸੋ, ਕਮੈਂਟ ਹੈਗਾ। ਮੈਂ ਇੱਕ ਮਿੰਟ ਲਵਾਂਗਾ। ਥੈਂਕ ਯੂ ਫੋਰ ਗਿਵਿੰਗ ਮੀ ਥਰਡ ਟਾਈਮ। ਵਿੰਦਰੀ ਕੌਰ ਜੀ, ਇਸ ਚੀਜ਼ ਦੇ ਉੱਪਰ ਮੇਰਾ ਇੱਕ ਪੇਪਰ ਪਬਲਿਸ਼ਡ ਹੈਗਾ ਆ ਇਨ ਸਪਿਰਚੁਅਲਿਟੀ ਐਂਡ ਹੈਲਥ ਇੰਟਰਨੈਸ਼ਨਲ ਦੇ ਵਿੱਚ। ਇਟਸ ਕਾਲਡ ਸਿਕਸ ਸਪਿਰਚੁਅਲ ਮਾਡਲ ਆਫ ਕਾਉਂਸਲਿੰਗ, ਅਤੇ ਇਹ ਮੈਂ 2003 ਇੰਟਰਨੈਸ਼ਨਲ ਕਾਨਫਰੰਸਿਸ ਵਿੱਚ ਵੀ ਪ੍ਰੈਜੈਂਟ ਕਰ ਚੁੱਕਾ ਹਾਂ। ਸੋ ਯੂ ਕੈਨ ਲੁੱਕ ਫੋਰ ਦਿਸ ਵਨ ਔਨ ਦਾ ਇੰਟਰਨੈਟ।
ਤੇ ਇਸ ਮਾਡਲ ਨੂੰ ਫੋਰ ਕਾਉਂਸਲਿੰਗ ਫੋਰ ਡਰੱਗ ਐਡਿਕਸ਼ਨ ਐਂਡ ਫੋਰ ਸੁਸਾਈਡ, ਇਹਦੇ ਉੱਪਰ ਵੀ ਮੇਰੇ ਲੈਕਚਰ ਹੈਗੇ ਨੇ ਐਂਡ ਦੇ ਆਰ ਔਨ ਦਾ ਇੰਟਰਨੈਟ ਐਂਡ ਆਈ ਲੈਕਚਰ ਅਬਾਊਟ ਦੀ ਔਲ ਦੀ ਥਰੀ ਟੋਪਿਕਸ ਟੂ ਕਾਉਂਸਲਿੰਗ ਸਟੂਡੈਂਟਸ, ਅਤੇ ਉਹਨਾਂ ਦੇ ਵੀ ਜਿਹੜੇ ਮੇਰੇ ਲੈਕਚਰ ਹੈਗੇ ਨੇ ਦੇ ਆਰ ਔਨ ਦਾ ਇੰਟਰਨੈਟ, ਯੂ ਹੈਵ ਰੇਸਡ ਵੈਰੀ ਗੁੱਡ ਪੁਆਇੰਟ, ਮੈਂ ਕਿਹਾ ਮੈਂ ਤੁਹਾਨੂੰ ਮੈਂ ਦੱਸ ਦੇਵਾਂ ਬਸ. ਥੈਂਕ ਯੂ ਵੈਰੀ ਮਚ ਜੀ. ਥੈਂਕ ਯੂ ਜੀ ਸਾਰਿਆਂ ਦਾ, ਬਹੁਤ ਬਹੁਤ ਥੈਂਕ ਨਿਰਮਲ ਸਿੰਘ ਜੀ ਦਾ, ਬਹੁਤ ਥੈਂਕਸ, ਉਹਨਾਂ ਨੇ ਬੜੇ ਡਿਟੇਲ ਵਿੱਚ ਰਿਜ਼ਕ ਬਾਰੇ ਗੱਲ ਕੀਤੀ. ਮੈਂ ਜਿੱਦਾਂ ਪਹਿਲੇ ਸ਼ੁਰੂ ਵਿੱਚ ਕਿਹਾ ਸੀ ਕਿ ਇਹ ਸਾਡਾ ਆਲਮੋਸਟ ਸੈਕਿੰਡ ਟੋਪਿਕ ਸੀਗਾ, ਪਹਿਲੇ ਅਸੀਂ ਫੈਨ ਮੰਤਰੀ ਤੋਂ ਹੀ ਕਰ ਗਏ ਆ, ਉਹਨਾਂ ਦਾ ਯੂਟਿਊਬ 'ਤੇ ਪਿਆ ਹੋਇਆ ਪੂਰਾ ਲੈਕਚਰ ਕੀ ਖਾਣ ਦੇ ਪੀਣ ਦੇ ਅਤੇ ਰਹਿਣ ਦੇ ਉੱਤੇ. ਸੋ ਇਹ ਜਿਹੜਾ ਰਿਜਕ ਵਾਲਾ ਸੀ ਇਹ ਵੀ ਬੜਾ ਇੰਪੋਰਟੈਂਟ ਸੀ, ਅਤੇ ਨਿਰਮਲ ਸਿੰਘ ਜੀ ਤੁਹਾਡਾ ਬਹੁਤ ਬਹੁਤ ਥੈਂਕਸ. ਆਈ ਨੋ ਇਟ ਟੇਕਸ ਅ ਲੋਟ ਆਫ ਐਫਰਟ ਕਿ ਤਿਆਰੀ ਕਰਨ ਵਿੱਚ ਬਹੁਤ ਕੁਝ ਟਾਈਮ ਲੱਗਦਾ, ਉਹ ਟਾਈਮ ਲਾ ਕੇ ਤੁਸੀਂ ਸਾਨੂੰ ਸਮਝਾਇਆ, ਸਾਰਾ ਕੁਝ ਕੀਤਾ. ਆਈ ਐਮ ਰੀਅਲੀ ਰੀਅਲੀ ਔਨ ਬਿਹਾਫ ਸਾਰਿਆਂ ਦੇ ਬਿਹਾਫ 'ਤੇ ਆਈ ਥੈਂਕ ਯੂ ਅ ਲੋਟ. ਥੈਂਕ ਯੂ ਥੈਂਕ ਯੂ ਮੈਮ.